ਬੱਚਿਆਂ ਨੂੰ ਪੜ੍ਹਾਈ ਨਹੀਂ ਸਿਰ ਉਠਾਉਣ ਦਿੰਦੀ ਅਤੇ ਗਰੀਬਾਂ ਨੂੰ ਮਹਿੰਗਾਈ ਨਹੀਂ ਸਿਰ ਉਠਾਉਣ ਦਿੰਦੀ। ਬੱਚਿਆਂ ਨੂੰ ਪੜ੍ਹਾਈ ਨਹੀਂ ਸਿਰ ਉਠਾਉਣ ਦਿੰਦੀ ਅਤੇ ਗਰੀਬਾਂ ਨੂੰ ਮਹਿੰਗਾਈ ਨਹੀਂ ਸਿਰ ਉਠਾਉਣ ਦਿੰਦੀ, ਸਰਕਾਰਾਂ ਨੂੰ ਵਿਰੋਧੀਆਂ ਦੀ ਸਿਰ ਖਪਾਈ ਨਹੀਂ ਸਿਰ ਉਠਾਉਣ ਦਿੰਦੀ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਮਠਿਆਈ ਨਹੀਂ ਸਿਰ ਉਠਾਉਣ ਦਿੰਦੀ, ਮੇਰੇ ਤਾਏ ਨੂੰ ਮੇਰੀ ਤਾਈ ਨਹੀਂ ਸਿਰ ਉਠਾਉਣ ਦਿੰਦੀ ਅਤੇ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਰਜਾਈ ਨਹੀਂ ਸਿਰ ਉਠਾਉਣ ਦਿੰਦੀ। ਹਾਜ਼ਰਾ ਜੀ, ਮੈਂ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਨਾਲ ਦੀ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਨਾਲ ਦੀ ਨਾਲ ਕੁਛ ਮੇਲ ਬਾਕਸ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਆਏ ਉਹ ਵੀ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਦੇਖ ਰਿਹਾ ਸੀ ਕਿ ਅੱਜ ਦਾ ਮੁੱਦਾ ਦੇ ਵਿੱਚ ਸਾਡੇ ਕਿਸੇ ਕਾਲਰ ਨੇ ਕੈਲੀਫੋਰਨੀਆ ਤੋਂ ਫੋਨ ਕੀਤਾ ਸੀ ਕਿ ਤੁਹਾਡੇ ਕੈਲੀਫੋਰਨੀਆ ਦਾ ਥਾਓ ਪਤਾ ਕੀ ਹੈ, ਵੀ ਸਾਨੂੰ ਦੱਸੋ ਜੀ ਅਸੀਂ ਮਿਲਣਾ ਹੋਵੇ ਤਾਂ ਕਿੱਥੇ ਮਿਲ ਸਕਦੇ ਹਾਂ ਜੀ। ਮੈਂ ਅਕਸਰ ਰੋਜ਼ ਤਕਰੀਬਨ ਅਨਾਊਂਸਮੈਂਟ ਕਰਦਾ ਹੁੰਦਾ, ਆਖਰੀ ਸੈਗਮੈਂਟ ਦੇ ਵਿੱਚ ਕਰਦਾ, ਅਤੇ ਅੱਜ ਮੈਂ ਇਸੇ ਕਰਕੇ ਪਹਿਲਾਂ ਕਰਨ ਲੱਗਿਆ ਵੀ ਕਈ ਬੰਦੇ ਆਖਰ ਤੱਕ ਪਹੁੰਚਦੇ ਨਹੀਂ ਜਦ ਤੱਕ ਸੌਂ ਜਾਂਦੇ, ਆਖਰ ਤੱਕ ਮਤਲਬ 8:30 ਵਜੇ ਪ੍ਰੋਗਰਾਮ ਖਤਮ ਹੁੰਦਾ ਅਤੇ ਉਦੋਂ ਪਹਿਲਾਂ ਕਈਆਂ ਦੀ ਆਦਤ ਹੁੰਦੀ, ਰੂਟੀਨ ਹੁੰਦੀ ਵੀ ਸੌਂ ਜਾਂਦੇ ਪ੍ਰੋਗਰਾਮ ਦੇਖ ਕੇ। ਸੋ ਅੱਜ ਇਸੇ ਕਰਕੇ ਪਹਿਲਾਂ ਅਨਾਊਂਸਮੈਂਟ ਕਰਨ ਲੱਗਿਆ ਜੀ, ਕੈਲੀਫੋਰਨੀਆ ਦੇ ਵਿੱਚ ਵੈਸਟ ਕੋਸਟ ਦੇ ਵਿੱਚ ਕੋਈ ਵੀ ਜਾਣਕਾਰੀ ਚਾਹੀਦੀ ਹੈ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਐਡ ਦੇਣੀ ਚਾਹੁੰਦੇ ਹੋ, ਮਿਲਣਾ ਚਾਹੁੰਦੇ ਹੋ ਮੈਨੂੰ, ਤਾਂ ਮੇਰਾ ਸੈੱਲ ਨੰਬਰ ਹੈਗਾ, ਮੈਂ ਦੱਸਦਾ ਅਕਸਰ, ਈਮੇਲ ਵੀ ਦੱਸਦਾ, ਫਿਰ ਈਮੇਲ ਕਈ ਵਾਰੀ ਬਾਹਲੇ ਬੰਦੇ ਸਾਡੇ ਉਸ ਤੋਂ ਔਖੀ ਲੱਗਦੀ ਈਮੇਲ ਕਰਨੀ, ਅਤੇ ਸੈੱਲ ਨੰਬਰ ਮੋਬਾਈਲ ਨੰਬਰ ਜਿਹਨੂੰ ਅਸੀਂ ਕਹਿੰਦੇ ਹਾਂ, ਅਤੇ ਉਹ ਜਿਹੜਾ ਹੈਗਾ 209-450-33-62, 209-450-33-62, ਸੌਖਾ ਜੇ ਯਾਦ ਕਰਨਾ, 209-450-33-62, ਅਤੇ ਮੈਨੂੰ ਫੋਨ ਕਰਕੇ ਜੀ ਆਪਾਂ ਜਿੱਥੇ ਕਹੋਗੇ ਤੁਹਾਡੇ ਦਰਸ਼ਨ ਕਰ ਲਾਂਗੇ, ਕੈਲੀਫੋਰਨੀਆ ਦੇ ਵਿੱਚ ਕਿਤੇ ਵੀ ਜਿੱਥੇ ਤੁਸੀਂ ਹੋਵੇ ਮੈਂ ਆਜੂੰਗਾ ਤੁਹਾਡੇ ਕੋਲ, ਜਾਂ ਤੁਸੀਂ ਮੇਰੇ ਕੋਲ ਆ ਜਾਓ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਭ ਦੀ, ਇੰਨਾ ਪਿਆਰ ਕਰਨ ਲਈ, ਇੰਨਾ ਪਿਆਰ ਜਿਤਾਉਣ ਵਾਸਤੇ। ਬਾਕੀ ਇੰਡੀਆ ਦੇ ਵਿੱਚ ਵੀ ਸਾਡਾ ਜਿਹੜਾ ਸਟੂਡੀਓ ਹੈਗਾ, ਉੱਥੇ ਵੀ ਕੋਈ ਦੋਸਤ ਮਿੱਤਰ ਭੈਣ ਭਰਾ ਜਾਣਾ ਚਾਹੁੰਦਾ ਤਾਂ ਮੈਂ ਤਾਂ ਕਹਿੰਦਾ ਜਾਓ, ਮੈਂ ਕਹਿੰਦਾ ਕੈਲੀਫੋਰਨੀਆ ਵਾਲੇ ਜਿਹੜੇ ਸਾਡੇ ਕਾਲਰ ਨੇ ਸਗੋਂ ਕਾਲ ਕਰਕੇ ਆਓ, ਵਧੀਆ ਆਪਾਂ ਸਟੂਡੀਓ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰੀਏ ਤੁਹਾਡੇ ਨਾਲ, ਨਾਲੇ ਦਰਸ਼ਕਾਂ ਦੇ ਨਾਲ। ਅਤੇ ਐਂ ਜੇ ਕੋਈ ਚੰਡੀਗੜ੍ਹ ਜਾਂਦਾ, ਇੰਡੀਆ ਜਾਂਦਾ ਅਤੇ ਆਪਣੀ ਕੋਈ ਗੱਲਬਾਤ ਕਰਨੀ ਚਾਹੁੰਦਾ, ਪੰਜਾਬ ਜਾਂਦੇ ਹੋ ਤਾਂ ਚੰਡੀਗੜ੍ਹ ਸਾਡਾ ਸਟੂਡੀਓ ਹੈਗਾ, ਉੱਥੇ ਸੰਪਰਕ ਕਰਕੇ ਸਾਡੇ ਕੋਲ ਨੰਬਰ ਲੈ ਸਕਦੇ ਹੋ, ਸੰਪਰਕ ਕਰਕੇ ਕੋਈ ਉੱਥੇ ਗੱਲਬਾਤ ਕਹਿਣੀ ਹੈ, ਕੋਈ ਦਿਲ ਦੀ ਵਲਵਲੇ ਹੈਗੇ ਨੇ, ਕੋਈ ਚੰਗੇ ਮਾੜੇ ਉਹ ਵੀ ਉੱਥੇ ਜਾ ਕੇ ਜਿਹੜੇ ਸਾਂਝੇ ਕਰ ਸਕਦੇ ਹੁੰਦੇ ਆਪਾਂ, ਕੋਈ ਐਸੀ ਗੱਲ ਨਹੀਂ ਹੈਗੀ। ਇਹ ਚੈਨਲ ਜਿਹੜਾ ਤੁਹਾਡਾ ਆਪਣਾ ਚੈਨਲ ਹੈ ਔਰ ਤੁਹਾਡੇ ਆਸਰੇ, ਯਾਨੀ ਕਿ ਪੰਜਾਬੀਆਂ ਦੇ ਆਸਰੇ, ਅਸੀਂ ਉੱਡਦੇ ਆਸਰੇ ਤੇਰੇ, ਰੱਬਾ ਸਾਨੂੰ ਮਾਫ਼ ਕਰੀ, ਅਤੇ ਰੱਬ ਤੋਂ ਬਾਅਦ ਅਗਰ ਸਾਨੂੰ ਆਸਰਾ ਜੇ ਹੈਗਾ ਤਾਂ ਉਹ ਤੁਹਾਡਾ ਹੈਗਾ ਹਰ ਪੱਖੋਂ। ਤੁਸੀਂ ਜਸ ਪੰਜਾਬੀ ਦਾ ਪਿਛਲੇ 13 ਸਾਲਾਂ ਤੋਂ, 13 ਹੋ ਜਾਣੇ ਹੁਣ, ਮਤਲਬ 12 ਸਾਲ ਤੋਂ ਕਹਿ ਸਕਦੇ ਹਾਂ, ਸੋਰੀ 13 ਆਹ ਮਾਰਚ ਦੇ ਵਿੱਚ ਹੋ ਜਾਣੇ ਆ, ਉਹਦੀ ਐਨੀਵਰਸਰੀ ਜਿਹੜੀ ਆ ਉਹ ਆ ਜਾਣੀ ਹੁਣ 13ਵੀਂ, ਅਤੇ ਨਾਲ ਦੀ ਨਾਲ ਸਾਡੇ ਸਟੂਡੀਓ ਦੀ ਗ੍ਰੈਂਡ ਓਪਨਿੰਗ ਵੀ ਆ ਜਾਣੀ ਆ। ਸੋ ਸਾਰਿਆਂ ਨੂੰ ਸੱਦਾ ਪੱਤਰ ਦੇਵਾਂਗੇ ਕਿਉਂਕਿ ਤੁਹਾਡੇ ਆਸਰੇ ਸਾਰਾ ਕੁਛ ਹੈਗਾ। ਅਤੇ ਫਟਾਫਟ ਆਪਾਂ 2-4 ਪੜ੍ਹ ਲੈਂਦੇ ਹਾਂ ਗੱਲਾਂ ਬਾਤਾਂ ਜਿਹੜੀਆਂ, ਸਵਾਲ ਸਵੂਲ ਹੈਗੇ ਆ, ਫਿਰ ਉਦੋਂ ਬਾਅਦ ਅੱਜ ਦੇ ਵਿਸ਼ੇ ਵੱਲ ਵੀ ਚੱਲਾਂਗੇ। ਪਹਿਲਾ ਸਵਾਲ ਲੈ ਰਹੇ ਜੀ ਪ੍ਰੀਤ ਇੰਦਰ ਕੌਰ ਟੈਕਸਿਸ ਤੋਂ, ਇਹ ਕਹਿੰਦੇ ਜੀ ਅੱਜ ਕੱਲ੍ਹ ਲੋਕ ਬੱਚਿਆਂ ਨੂੰ ਮੋਬਾਈਲ ਦੇ ਦਿੰਦੇ ਆ ਅਤੇ ਨਿਆਣੇ ਮੋਬਾਈਲ ਨਾਲ ਖੇਡਦੇ ਰਹਿੰਦੇ ਆ, ਕੀ ਇਹ ਸਹੀ ਹੈ? ਦੇਖੋ ਜੀ, ਅੱਜ ਕੱਲ੍ਹ ਪਹਿਲੀ ਗੱਲ ਤਾਂ ਇਹ ਹੀ ਨਹੀਂ ਪਤਾ ਲੱਗਦਾ ਵੀ ਕੀ ਸਹੀ ਹੈ ਕੀ ਗਲਤ ਹੈ, ਇਹ ਚੀਜ਼ ਪਤਾ ਲਾਉਣ ਵਾਸਤੇ ਕਿੰਨਾ ਟਾਈਮ ਲੱਗ ਜਾਂਦਾ। ਰਹੀ ਗੱਲ ਨਿਆਣਿਆਂ ਨੂੰ ਮੋਬਾਈਲ ਦੇਣ ਦੀ, ਮੈਂ ਸੁਣਦਾ ਹੁੰਦਾ ਸੀ ਪਹਿਲੇ ਸਮਿਆਂ ਦੇ ਵਿੱਚ, ਕਹਿੰਦੇ ਦਾਦੀ ਦੱਸਦੀ ਹੁੰਦੀ ਸੀਗੀ ਵੀ ਪਹਿਲੇ ਸਮਿਆਂ ਦੇ ਵਿੱਚ ਨਿਆਣਿਆਂ ਨੂੰ, ਮਾਲਵੇ ਦੀ ਗੱਲ ਕਰੀਏ ਤਾਂ ਫੀਮ ਦੇ ਕੇ ਨਾ ਮਾੜੀ ਜੀ ਸਵਾ ਦਿੰਦੇ ਸੀਗੇ ਅਤੇ ਬੁੜੀਆਂ ਆਪਣੇ ਕੰਮ ਧੰਦੇ ਲੱਗ ਜਾਂਦੀਆਂ ਸੀਗੀਆਂ। ਉਹੀ ਨਿਆਣੇ ਫਿਰ ਨਿੱਕੇ ਹੁੰਦਿਆਂ ਆਦਤ ਪਈ, ਵੱਡੇ ਹੋ ਕੇ ਫੀਮ 'ਤੇ ਲੱਗ ਜਾਂਦੇ ਸੀਗੇ। ਠੀਕ ਹੈ ਜੀ, ਇਹੀ ਹਾਲ ਅੱਜ ਕੱਲ੍ਹ ਹੈ, ਇਹ ਵੀ ਇੱਕ ਕਿਸਮ ਦੀ ਫੀਮ। ਮੈਂ ਕਹਿੰਦਾ ਫੀਮ ਨਾਲੋਂ ਵੀ ਭੈੜਾ ਨਸ਼ਾ ਹੈਗਾ ਮੋਬਾਈਲ ਦਾ। ਨਿਆਣੇ ਨੂੰ ਅਸੀਂ ਫੜਾ ਦਿੰਦੇ ਵੀ ਨਿਆਣਾ ਚੱਲ ਖੇਡਦਾ, ਉਨੀ ਦੇਰ ਮੈਂ ਸਬਜ਼ੀ ਬਣਾ ਲਾਂ, ਮੈਂ ਭਾਂਡੇ ਧੋ ਲਾਂ ਜਾਂ ਹੋਰ ਕੰਮ ਕਰ ਲਾਂ, ਅਤੇ ਨਿਆਣਾ ਵੀ ਦੇਖਦਾ ਰਹਿੰਦਾ ਉਹਨੂੰ। ਪਰ ਜਦੋਂ ਨਿਆਣੇ ਕੋਲੋਂ ਫੋਨ ਖੋਹਣੇ ਆਪਾਂ, ਉਹਦੇ ਕੋਲ ਫੋਨ ਲੈਣ ਦੀ ਕੋਸ਼ਿਸ਼ ਕਰਦੇ, ਇੱਕ ਨਿਆਣੇ ਹੋਰ ਬੜੇ ਸ਼ਰਾਰਤੀ ਨੇ, ਹੁਣ ਕਿਸੇ ਨੂੰ ਫੋਨ ਕਰੋ ਨਾ ਵੀ ਫੋਨ ਕੀਤਾ ਸੀ, ਉਹ ਕੱਟ ਦਿੰਦੇ ਅੱਗੇ, ਫੋਨ ਕੀਤਾ ਸੀ ਕੱਟ ਦਿੰਦੇ। ਉਹ ਕਹਿੰਦੇ ਭਾਅ ਜੀ ਤੁਹਾਨੂੰ ਫੋਨ ਕੀਤਾ ਸੀ ਕੱਟ ਦਿੰਦੇ, ਤੁਸੀਂ ਕੀ ਚੱਕਰ ਕੀ ਹੈ, ਕੋਈ ਗਲਤੀ ਹੋ ਗਈ? ਨਹੀਂ ਨਹੀਂ ਕਹਿੰਦੇ ਗਲਤੀ ਨਹੀਂ, ਫੋਨ ਅਸਲ 'ਚ ਬੇਟੇ ਕੋਲ ਸੀਗਾ, ਬੇਟਾ 3 ਸਾਲ ਦਾ ਬੇਟਾ ਹੈ, ਅਤੇ ਉਹ ਅਸਲ 'ਚ ਉਹਨੂੰ ਬੇਟੇ ਨੂੰ ਕਿਹਾ ਵੀ ਤੂੰ ਫੋਨ ਵੱਜੀ ਨਹੀਂ ਬੈਲ ਬੁੱਲ, ਉਹ ਕਹਿੰਦਾ ਵੱਜੀ ਸੀ ਮੈਂ ਕੱਟਤੀ, ਵੀ ਜੇ ਤੁਸੀਂ ਮੈਂ ਤੁਹਾਨੂੰ ਦਿੰਦਾ ਤੁਸੀਂ ਮੇਰੇ ਕੋਲੋਂ ਫੋਨ ਫੜ ਲੈਣਾ ਸੀ ਅਤੇ ਮੇਰੇ ਫਿਰ ਖੇਡ ਨਹੀਂ ਹੋਣਾ ਸੀ। ਨਿਆਣੇ ਇੱਦਾਂ ਹੈਗੇ ਨੇ, ਫੋਨ ਕੱਟ ਦਿੰਦੇ ਨੇ, ਇਹ ਵੀ ਬੜੀ ਵੱਡੀ ਗੱਲ ਹੈ। ਪਰ ਨਿਆਣੇ ਕੋਲੋਂ ਜੇ ਫੋਨ ਖੋਹਣ ਦੀ ਕੋਸ਼ਿਸ਼ ਕਰੋ ਤਾਂ ਇੱਦਾਂ ਇੰਨੀ ਉੱਚੀ ਦੇਣੀ ਚੀਕ ਮਾਰਦਾ ਜਿਵੇਂ ਕਿਤੇ ਆਪਣੇ ਨਾ ਕੂਣੀ 'ਤੇ ਸੱਟ ਲੱਗੀ ਹੋਵੇ ਅਤੇ ਕੂਣੀ ਦਰਵਾਜ਼ੇ 'ਚ ਵੱਜੇ, ਓਏ ਹੋਏ ਹੋਏ ਹੋਏ, ਜਿਨ੍ਹਾਂ 'ਤੇ ਸੱਟ ਵੱਜੀ ਤਾਂ ਕੂਣੀ
ਦਰਵਾਜ਼ੇ 'ਚ ਵੱਜੀ ਜਾਂ ਗੋਡੇ 'ਤੇ ਸੱਟ ਲੱਗੀ ਤਾਂ ਗੋਡਾ ਕਿਸੇ ਬੈਂਚ 'ਚ ਵੱਜਿਆ, ਕੁਰਸੀ 'ਚ ਵੱਜਿਆ, ਉਹਨਾਂ ਨੂੰ ਪਤਾ ਵੀ ਉਹਦਾ ਦਰਦ ਕੀ ਹੁੰਦਾ। ਇਹੀ ਹਾਲ ਨਿਆਣਿਆਂ ਦਾ, ਬਾਕੀ ਮੇਰੇ ਹਿਸਾਬ ਦੇ ਨਾਲ ਤਾਂ ਇਹਦਾ ਕੋਈ ਨਾ ਕੋਈ ਹੱਲ ਸਾਨੂੰ ਲੱਭਣਾ ਚਾਹੀਦਾ। ਇਹ ਵੀ ਉਸ ਫੀਮ ਵਾਲਾ ਹਾਲ ਹੈਗਾ ਜਿਹੜੀ ਅਸੀਂ ਨਿੱਕੇ ਹੁੰਦੇ ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਜਵਾਕ ਨੂੰ ਦੇ ਦਿੰਦੇ ਸੀਗੇ, ਅਤੇ ਬਾਅਦ ਦੇ ਵਿੱਚ ਫਿਰ ਉਹਨੂੰ ਕਹਿੰਦੇ ਸੀ ਵੀ ਨਸ਼ਿਆਂ 'ਤੇ ਲੱਗ ਗਿਆ ਨਿਆਣਾ, ਅਤੇ ਇਹ ਲਾਇਆ ਕੀ ਨੇ ਆ, ਇਹ ਅਸੀਂ ਸੋਚਦੇ ਨਹੀਂ ਸੀ। ਸੋ ਇਹੀ ਗੱਲ ਮੋਬਾਈਲਾਂ ਦੀ ਅੱਜ ਅਸੀਂ ਗਿਲਾ ਕਰਦੇ, ਸਿਕਵਾ ਕਰਦੇ ਵੀ ਨਿਆਣੇ ਮੋਬਾਈਲ ਨਹੀਂ ਛੱਡਦੇ, ਉਹਦੇ 'ਚ ਕਿਤੇ ਨਾ ਕਿਤੇ ਇਹ ਆਦਤਾਂ ਜਿਹੜੀਆਂ ਸਾਡੀਆਂ ਪਾਈਆਂ ਉਹ ਹੀ ਸਾਨੂੰ ਭੁਗਤਣੀਆਂ ਪੈ ਰਹੀਆਂ। ਸੋ ਕੋਸ਼ਿਸ਼ ਕਰੀਏ ਭਾਈ ਵੀ ਨਿਆਣਿਆਂ ਨੂੰ ਮੋਬਾਈਲ ਜਿਹੜਾ ਉਹ ਨਾ ਦਿੱਤਾ ਜਾਵੇ, ਖਿਡੌਣਿਆਂ ਨਾਲ ਨਿਆਣੇ ਖੇਡਣ, ਹੋਰ ਨਹੀਂ ਕਿਸੇ ਨਾਲ। ਇੱਧਰ ਉੱਧਰ ਫੁੱਟਬਾਲ ਜਾਂ ਹੋਵੇ ਕੋਈ, ਉਹਨਾਂ ਪੈਰ ਪੂਰ ਮਾਰਦੇ ਇੱਧਰ ਤੁਰੇ ਫਿਰਨ, ਤਾਂ ਉਹ ਚੰਗੀ ਗੱਲ ਹੈਗੀ ਹੈ। ਚਲੋ ਖੈਰ, ਜ਼ਮਾਨਾ ਬਦਲ ਗਿਆ, ਜ਼ਮਾਨੇ ਨਾਲ ਚੱਲਣਾ ਪੈਂਦਾ। ਚਲੋ ਜੀ, ਖੈਰ ਅੱਗੇ ਕਹਿੰਦੇ ਜੀ ਜਤਿੰਦਰ ਸਿੰਘ ਗਿੱਲ ਨਿਊ ਮੈਕਸੀਕੋ ਤੋਂ, ਇਹ ਕਹਿੰਦੇ ਜੀ ਇਹ ਕਿਹਾ ਜਾਂਦਾ ਅਤੇ ਇਹ ਸੁਣਿਆ ਜਾਂਦਾ ਕਿ ਪੰਜਾਬੀਆਂ ਦੇ ਹੱਥ ਨਿਚਲੇ ਨਹੀਂ ਰਹਿੰਦੇ। ਪਹਿਲੀ ਗੱਲ ਤਾਂ ਨਿਚਲੇ ਲਫ਼ਜ਼ ਜਿਹੜਾ ਹੈ ਇਹ ਸ਼ਾਇਦ ਸਮਝ ਨਾ ਆਵੇ ਅੱਜ ਕੱਲ੍ਹ ਦੀ ਪੀੜ੍ਹੀ ਨੂੰ। ਨਿਚਲੇ ਮਤਲਬ ਟਿਕਦੇ ਨਹੀਂ, ਇੱਕ ਜਗ੍ਹਾ ਟਿਕਣਾ ਨਹੀਂ, ਤੇਰੇ ਹੱਥ ਨਿਚਲੇ ਨਹੀਂ ਰਹਿੰਦੇ, ਬੁੜੀਆਂ ਕਹਿੰਦੀਆਂ ਸੀਗੀਆਂ। ਮਤਲਬ ਕਿ ਹੱਥ ਟਿਕਦੇ ਨਹੀਂ, ਕੀ ਇਹ ਸਹੀ ਹੈ? ਦੇਖੋ ਜੀ, ਅੱਜ ਕੱਲ੍ਹ ਤਾਂ ਹੁਣ ਟਾਈਮ ਹੀ ਨਹੀਂ ਕਿਸੇ ਕੋਲ ਹੱਥ ਨਿਚਲੇ ਰਹਿਣ ਦਾ ਜਾਂ ਪੰਗੇ ਲੈਣ ਦਾ। ਕੰਮਾਂ ਕਾਰਾਂ ਦੇ ਵਿੱਚ ਬਾਹਰਲੇ ਮੁਲਕਾਂ ਦੀ ਆਪਾਂ ਗੱਲ ਕਰੀਏ ਤਾਂ ਸਾਰੇ ਬਹੁਤ ਬਿਜ਼ੀ ਨੇ, ਪਰ ਪੰਜਾਬ ਦੇ ਵਿੱਚ ਇੱਧਰੋਂ ਪੈਸਾ ਜਾਂਦਾ ਅਤੇ ਉੱਧਰਲੇ ਵਿਹਲੇ ਨੇ, ਫਿਰ ਉਹਨਾਂ ਦੇ ਹੱਥ ਨਿਚਲੇ ਵਾਕਿਆ ਹੀ ਨਹੀਂ ਰਹਿੰਦੇ। ਉਹਨਾਂ ਨੂੰ ਫਿਰ ਕੋਈ ਨਾ ਕੋਈ ਪੰਗਾ ਲਈ ਜਾਣਾ, ਲਈ ਜਾਣਾ। ਸਾਡੇ ਮੈਨੂੰ ਦੋ ਗੱਲਾਂ ਸੱਚੀਆਂ ਚੇਤੇ ਆ ਰਹੀਆਂ, ਫਟਾਫਟ ਸਾਂਝੀਆਂ ਕਰ ਲੈਣਾ। ਇੱਕ ਤਾਂ ਮੈਂ ਜਦੋਂ ਮਕੈਨਿਕੀ ਕਰਦਾ ਸੀਗਾ, ਇੱਕ ਪੁਲਿਸ ਵਾਲੇ ਦਾ ਮੋਟਰਸਾਈਕਲ ਸੀਗਾ ਕੋਈ, ਤਾਂ ਕੋਈ ਬੰਦਾ ਦੂਜਾ ਆਪਦਾ ਮੋਟਰਸਾਈਕਲ ਸਟੈਂਡ 'ਤੇ ਲਾ ਕੇ, ਅਤੇ ਪੁਲਿਸ ਵਾਲੇ ਦੇ ਮੋਟਰਸਾਈਕਲ 'ਤੇ ਬੈਠ ਕੇ, ਅਤੇ ਉਹ ਇਹਦੀ ਐਕਸੀਲੇਟਰ ਜਿਹੜਾ ਹੁੰਦਾ ਮੋਟਰਸਾਈਕਲ ਦਾ, ਰੇਸ ਜੀ ਇੱਦਾਂ ਇੱਦਾਂ ਕਰੀ ਗਿਆ, ਇੱਦਾਂ ਇੱਦਾਂ ਕਰੀ ਗਿਆ। ਹੁਣ ਪੁਲਿਸ ਵਾਲੇ ਨੂੰ ਗੁੱਸਾ ਆਈ ਗਿਆ ਵੀ ਇਹ ਬੰਦਾ ਕਰ ਕੀ ਰਿਹਾ, ਪਰ ਉਹ ਚੁੱਪ ਚਾਪ ਬੈਠਾ ਰਿਹਾ। ਉਹ ਛੱਲੀ ਚੱਬਦਾ ਸੀ, ਛੱਲੀ ਚੱਬਦਾ ਸੀ, ਖਾਈ ਗਿਆ ਛੱਲੀ। ਜਦੋਂ ਛੱਲੀ ਮੁੱਕ ਗਈ ਅਤੇ ਉਹਦੇ ਕੋਲ ਆਇਆ ਭਾਈ ਸਾਹਿਬ, ਕਹਿੰਦਾ ਹਾਂਜੀ, ਕਹਿੰਦਾ ਵੀ ਤੁਸੀਂ ਤਾਂ ਟਾਈਮ ਹੀ ਪਾਸ ਕਰਨਾ, ਤੁਸੀਂ ਇਸ ਗੁੱਲ ਦੇ ਨਾਲ ਟਾਈਮ ਪਾਸ ਕਰ ਲਓ, ਗੁੱਲ ਲੈ ਲਓ, ਗੁੱਲ ਨੂੰ ਇੱਦਾਂ ਇੱਦਾਂ ਕਰੀ ਜਾਓ, ਘੁਮਾਈ ਜਾਓ, ਮੇਰੀ ਐਕਸੀਲੇਟਰ ਦੀ ਤਾਰ ਨਾ ਤੋੜ ਦਿਓ। ਸੋ ਇਹ ਤੋਂ ਲੱਗਦਾ ਕਿ ਬੰਦਾ ਜਦੋਂ ਕੁਛ ਨਾ ਕੁਛ ਸੋਚਦਾ ਤਾਂ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਦਾ। ਹੁਣ ਕਈ ਵਾਰੀ ਬਹੁਤ ਸਾਰੇ ਲੋਕ ਬੈਠੇ ਹੁੰਦੇ ਆ ਸਾਰੇ ਜਣੇ, ਤਾਂ ਬੰਦੇ ਨੂੰ ਯਾਦ ਚਿੱਤ ਨਹੀਂ ਹੁੰਦਾ ਮੈਂ ਕੀ ਕਰੂੰ। ਟਿਕ ਟਿਕ ਕਰਕੇ ਕੋਈ ਨਾ ਕੋਈ ਪੈਨ ਨਾ ਖੜਕਾਈ ਜੂਗਾ ਥੱਲੇ, ਕੋਈ ਕੁਛ ਨਾ ਕੁਛ ਪੈਰ ਹਿਲਾਈ ਜੂਗਾ, ਪੈਰ ਦੇ ਨਾਲ ਟਕ ਟਕ ਕਰੀ ਜੂਗਾ। ਫਿਰ ਜਦੋਂ ਉਹਨੂੰ ਘਰਦੇ ਕਹਿੰਦੇ ਤਾਂ ਫਿਰ ਉਹਨੂੰ ਚੇਤਾ ਹੁੰਦਾ ਉਹ ਮੈਂ ਇੱਦਾਂ ਕਰਦਾ। ਇੱਕ ਹੋਰ ਘਟਨਾ ਜਿਹੜੀ, ਇੱਕ ਬਿਜਲੀ ਦੀ ਦੁਕਾਨ 'ਤੇ ਕੋਈ ਬੰਦਾ ਗਿਆ, ਉਹਨੇ ਕਿਹਾ ਵੀ ਸੁੱਚ ਦਿਖਾਇਓ। ਵਧੀਆ ਸੁੱਚ ਖਰਾਬ ਹੋ ਗਏ ਜੀ ਘਰੇ, ਨਵੇਂ ਲਾਉਣੇ। ਉਹ ਸੁੱਚ ਦਿਖਾਇਆ, ਆਹ ਵੀ ਦਿਖਾਇਆ, ਆਹ ਵੀ ਦਿਖਾਇਆ। ਇੱਕ ਸੁੱਚ ਵੱਡਾ ਸਾਰਾ ਤੁਸੀਂ ਦੇਖਿਆ ਹੋਣਾ, ਬਿਜਲੀ ਦੁਕਾਨ ਦੇ ਕਾਊਂਟਰ ਦੇ ਮੂਹਰੇ ਸੁੱਚ ਜਿਹੇ ਲੱਗੇ ਹੁੰਦੇ, ਡਿਸਪਲੇ ਵਾਸਤੇ ਵੀ ਇਹ ਸਾਡੇ ਕੋਲ ਸੁੱਚ ਹੈਗਾ। ਵੱਡੇ ਸਾਰੇ ਸੁੱਚ ਨੂੰ ਟਿਕ ਟਿਕ ਕਰੀ ਗਿਆ, ਟਿਕ ਟਿਕ ਕਰੀ ਗਿਆ, ਟਿਕ ਟਿਕ ਕਰੀ ਗਿਆ, ਨਾਲੇ ਸੁੱਚ ਦੇਖੀ ਗਿਆ। ਤਾਂ ਉਹ ਬੰਦਾ ਉਹਨੇ ਕਿਹਾ ਵੀ ਸੁੱਚ ਹੋਰ, ਕਹਿੰਦਾ ਨਹੀਂ ਹੋਰ ਹੈ ਨਹੀਂ, ਇਹਦੇ ਨਾਲ ਦਾ ਦਿਖਾਓ ਤਾਂ ਇਹਦੇ ਨਾਲ ਦਾ। ਉਹ ਕਹਿੰਦਾ ਵੀ ਇਹਦੇ ਨਾਲ ਦੇ ਤਾਂ ਹੈ ਨਹੀਂ, ਉਹ ਕਹਿੰਦਾ ਵੀ ਇਹਦੇ ਨਾਲ ਤਾਂ ਹੈ ਨਹੀਂ, ਤਾਂ ਫਿਰ ਇਹ ਕਿਉਂ ਰੱਖਿਆ? ਉਹ ਕਹਿੰਦਾ ਜੀ ਇਹ ਇਸੇ ਕੰਮ ਵਾਸਤੇ ਰੱਖਿਆ ਜਿਹੜਾ ਤੁਸੀਂ ਕਰ ਰਹੇ ਹੋ, ਟਿਕ ਟਿਕ ਕਰਨ ਵਾਸਤੇ ਰੱਖਿਆ, ਹਾਰੇ ਲਾਉਣ ਵਾਸਤੇ ਰੱਖਿਆ। ਸੋ ਇਸ ਕਰਕੇ ਕਹਿ ਸਕਦੇ ਹਾਂ, ਪਰ ਕੋਈ ਵੀ ਗੱਲ ਹੁੰਦੀ ਉਹ ਸਾਰਿਆਂ 'ਤੇ ਨਹੀਂ ਟੁੱਕਦੀ ਹੁੰਦੀ। ਕੋਈ ਮੁਹਾਵਰਾ ਹੁੰਦਾ, ਕੋਈ ਕਹਾਵਤ ਹੁੰਦੀ ਹੈ, ਉਹ ਸਾਰਿਆਂ 'ਤੇ ਨਹੀਂ ਟੁੱਕਦੀ ਹੁੰਦੀ, ਵਿੱਚੋਂ ਵਿੱਚੋਂ ਕਿਸੇ ਕਿਸੇ 'ਤੇ ਟੁੱਕਦੀ ਹੁੰਦੀ ਹੈ। ਫੁੱਜੀ ਤਾਂ ਜੀ ਤਾਂ ਭਾਈ ਟੁੱਕਦੀ ਹੈ, ਉਹ ਰੱਖ ਲਓ, ਬਾਕੀ ਰਹਿਣ ਦਿਓ, ਇਹੀ ਕਹਿ ਸਕਦੇ ਆਪਾਂ, ਹੋਰ ਕੀ ਕਹਿ ਸਕਦੇ ਹਾਂ। ਇਹ ਅਗਲਾ ਹੈਗਾ ਜੀ ਨਤਾਸ਼ਾ ਸਿਨਹਾ ਸਿਆਟਲ, ਇਹ ਕਹਿੰਦੇ ਵੀ ਜੱਗੀ ਭਾਅ ਜੀ ਕੀ ਜਾਨਵਰ ਵੀ ਸੁਪਨੇ ਦੇਖਦੇ ਹਨ? ਜੇ ਦੇਖਦੇ ਹਨ ਤਾਂ ਕਿਹੋ ਜਿਹੇ ਸੁਪਨੇ ਦੇਖਦੇ ਹੋਣਗੇ? ਇਹਦਾ ਹੁਣ ਕੀ ਜਵਾਬ ਦੇ ਸਕਦੇ ਜੀ? ਇਹ ਤਾਂ ਹੁਣ ਕਿਸੇ ਜਾਨਵਰ ਨੂੰ ਪੁੱਛਣਾ ਪੈਣਾ, ਔਰ ਜਾਨਵਰ ਵੀ ਅੱਗੇ ਜਵਾਬ ਦੇਊ ਤਾਂ ਹੀ ਹੈ। ਵੈਸੇ ਰਿਸਰਚ ਇਹ ਕਹਿੰਦੀ ਹੈ ਵੀ ਜਿਹੜੇ ਬੰਦੇ 'ਚ ਵੀ ਜਾਨ ਹੈਗੀ ਹੈ, ਜਿਹੜਾ ਵੀ ਜਿਹ 'ਚ ਜਾਨ ਹੈਗੀ, ਚਾਹੇ ਉਹ ਜਾਨਵਰ ਆ, ਚਾਹੇ ਉਹ ਇਨਸਾਨ ਆ, ਚਾਹੇ ਕੋਈ ਪੰਛੀ ਹੈ, ਉਹਦੇ ਦਿਮਾਗ ਜ਼ਰੂਰ ਹੁੰਦਾ ਹੈ। ਅਤੇ ਦਿਮਾਗ ਜਦੋਂ ਹੁੰਦਾ ਤਾਂ ਦਿਮਾਗ ਦੇ ਵਿੱਚ ਸੁਪਨੇ ਜਿਹੜੇ ਉਹ ਆਉਂਦੇ ਨੇ। ਔਰ ਇਹ ਅਸੀਂ ਕਈ ਵਾਰੀ ਦੇਖਿਆ ਕਿ ਜਾਨਵਰ ਸੁੱਤਾ ਪਿਆ, ਉਹ ਸੁੱਤਾ ਪਿਆ, ਕਈ ਵਾਰੀ ਸਮਾਈਲਾਂ ਜਿਹੀਆਂ ਦੇਣ ਲੱਗ ਪੈਂਦਾ। ਕੁੱਤਿਆਂ ਦੀ ਗੱਲ ਕਰੀਏ ਤਾਂ ਸਮਾਈਲ ਜੀ ਦਿੰਦਾ, ਕਦੇ ਕੁਛ ਕਰਦੇ ਨੇ। ਅਤੇ ਜਾਂ ਆਪਾਂ ਜਾਨਵਰ ਕੋਈ ਮੱਝ ਜਿੱਦਾਂ ਸੁੱਤੀ ਪਈ ਆ ਗਰਮੀਆਂ ਨੂੰ, ਤਾਂ ਉਹ ਇੱਕਦਮ ਹਿੱਲ ਜਾਂਦੀ ਆ। ਤੋ ਇਸ ਤੋਂ ਇਹ ਭਾਵ ਸਿੱਧ ਹੁੰਦਾ ਸਾਇੰਸਦਾਨਾਂ ਦਾ ਕਹਿਣਾ ਵੀ ਉਹ ਵੀ ਸੁਪਨੇ ਲੈਂਦੇ। ਹੁਣ ਸੁਪਨੇ ਲੈਂਦੇ ਕਿਹੋ ਜਿਹੇ ਆ, ਇਹ ਹੁਣ ਤੁਸੀਂ ਨਾ ਹੀ ਪੁੱਛੋ ਤਾਂ ਚੰਗਾ। ਮੈਂ ਇਹ ਨਹੀਂ ਕਹਿ ਸਕਦਾ ਵੀ ਜਿਹੜੀਆਂ ਛੋਟੀਆਂ ਕੱਟੀਆਂ ਆ ਉਹ ਕੱਟਿਆਂ ਦੇ ਸੁਪਨੇ ਲੈਂਦੀਆਂ ਹੋਣਗੀਆਂ, ਜਾਂ ਜਿਹੜੇ ਕੱਟੇ ਨੇ ਉਹ ਆਪਣੇ ਆਪ ਨੂੰ ਰਾਜਕੁਮਾਰ ਸਮਝ ਕੇ ਕੱਟੀਆਂ ਨੂੰ ਰਾਜਕੁਮਾਰੀ ਸਮਝਦੀਆਂ ਹੋਣਗੀਆਂ, ਜਾਂ ਇਹ ਸੁਪਨੇ ਵੀ ਹੋ ਸਕਦੇ ਆ ਕੋਈ ਖੋਤਾ ਜਾਂ ਬਾਂਦਰ ਇਹ ਸੋਚਦਾ ਹੋਊ ਵੀ ਮੈਂ ਸੁਪਨੇ ਦੇ ਵਿੱਚ ਰਾਜਾ ਬਣ ਗਿਆ ਜੰਗਲ ਦਾ, ਐਂ ਹੋ ਗਿਆ ਜੋ ਹੋ ਗਿਆ। ਇਹੋ ਜਿਹੇ ਹੀ ਸੁਪਨੇ ਹੋ ਸਕਦੇ ਆ, ਹੋਰ ਤਾਂ ਸੁਪਨੇ ਕਿਹੜੇ ਹੋਣੇ ਆ? ਬਾਕੀ ਚਲੋ ਛੱਡੋ, ਜਾਂ ਇਹ ਹੋ ਸਕਦਾ ਬੱਕਰੀਆਂ, ਬੱਕਰੇ ਜਾਂ ਆ ਕੀ ਕਹਿੰਦੇ ਹੁੰਦੇ ਹੈ ਕੁੱਕੜ, ਕੁੱਕੜ ਕੁੱਕੜੀਆਂ, ਬੱਕਰੇ ਬੱਕਰੀਆਂ ਨੂੰ ਇਹ ਸੁਪਨਾ ਆਉਂਦਾ ਹੋਵੇ ਵੀ ਸਾਰੀ ਦੁਨੀਆ ਦੇ ਵਿੱਚ ਲੋਕ ਵੈਜੀ ਹੋ ਗਏ, ਉਹਨਾਂ ਨੇ ਨੋਨ ਵੈਜੀ ਖਾਣਾ ਛੱਡਤਾ। ਇਹ ਖੈਰ ਹੋ ਸਕਦਾ ਕੋਈ, ਇਹ ਪਰ ਇਹ ਐਡੀ ਗੱਲ ਨਹੀਂ ਹੈਗੀ, ਪਰ ਸੁਪਨੇ ਆਉਂਦੇ
ਲਓ ਜੀ, ਅਗਲਾ ਹੈਗਾ ਸਵਾਲ ਜਿਹੜਾ ਉਹ ਨਿਰਮਲ ਸਿੰਘ ਛਾਬੜਾ ਚੀਕੋ ਤੋਂ। ਇਹ ਕਹਿੰਦੇ ਨੇ ਜੀ, ਅਨਪੜ੍ਹ ਪਤਨੀ ਅਤੇ ਪੜ੍ਹੀ ਲਿਖੀ ਪਤਨੀ ਵਿੱਚ ਕੀ ਫਰਕ ਹੈ? ਨਿਰਮਲ ਸਿੰਘ ਜੀ, ਮੇਰੇ ਹਿਸਾਬ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਪਤਨੀ ਪਤਨੀ ਹੁੰਦੀ ਹੈ। ਜੇ ਅਸੀਂ ਸਿਆਣਪ ਦੀ ਗੱਲ ਕਰੀਏ ਤਾਂ ਸਿਆਣਪ ਜ਼ਰੂਰੀ ਨਹੀਂ ਕਿ ਜੇ ਘਰ ਵਾਲੀ ਪੜ੍ਹੀ ਲਿਖੀ ਹੈ ਤਾਂ ਜ਼ਿਆਦਾ ਸਿਆਣੀ ਹੋਊਗੀ, ਜੇ ਅਨਪੜ੍ਹ ਤਾਂ ਘੱਟ ਸਿਆਣੀ ਹੋਊਗੀ। ਇਹ ਕੋਈ ਜ਼ਰੂਰੀ ਨਹੀਂ ਹੈ। ਅਨਪੜ੍ਹ ਪਤਨੀਆਂ ਬਹੁਤ ਸਿਆਣੀਆਂ ਹੋ ਸਕਦੀਆਂ ਅਤੇ ਪੜ੍ਹੀਆਂ ਲਿਖੀਆਂ ਪਤਨੀਆਂ ਬੇਵਕੂਫ ਹੋ ਸਕਦੀਆਂ। ਅੱਜ ਕੱਲ੍ਹ ਕੋਈ ਫਰਕ ਨਹੀਂ ਹੈਗਾ। ਥੋੜ੍ਹਾ ਜਿਹਾ ਮਤਲਬ ਠੀਕ ਹੈ, ਸੁਭਾਅ ਸੁਭੂ 'ਚ ਫਰਕ ਹੋ ਸਕਦਾ, ਕੋਈ ਲੜਾਈ ਲੜੂਈ 'ਚ ਫਰਕ ਹੋ ਸਕਦਾ, ਪਰ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਹੁਣ ਅਨਪੜ੍ਹ ਕਹਿ ਲਓ, ਚਾਹੇ ਉਹ ਜਿਹੜੀ ਕੁੜੀ ਪਿੰਡੋਂ ਬਾਹਰ ਨਹੀਂ ਕਦੇ ਗਈ, ਉਹਨੂੰ ਉਹਦੀ ਗੱਲ ਕਰ ਲਈਏ, ਵਿਚਾਰੀ ਪਿੰਡ 'ਚ ਰਹੀ ਹੈ, ਉਦੋਂ ਜ਼ਰੂਰ ਫਰਕ ਹੁੰਦਾ ਸੀ। ਕੋਈ ਇੱਕ ਪਿੰਡ ਦੀ ਕੁੜੀ ਸੀਗੀ ਵਿਚਾਰੀ ਅਨਪੜ੍ਹ, ਅਤੇ ਉਹ ਸ਼ਹਿਰ ਦੇ ਵਿੱਚ ਕਿਸੇ ਚੰਗੇ ਪੜ੍ਹੇ ਲਿਖੇ ਮੁੰਡੇ ਨਾਲ ਵਿਆਹੇਗੀ, ਤਾਂ ਉਹ ਘੁੰਮਣ ਚਲ ਗਏ ਪੈਰਿਸ, ਆਈਫਲ ਟਾਵਰ ਜਿਹੜਾ ਉੱਥੇ ਹੈਗਾ, ਅਤੇ ਉੱਥੇ ਲਾਈਨ ਦੇ ਵਿੱਚ ਲੱਗੇ ਹੋਏ, ਟਿਕਟ ਲੈਣ ਵਾਸਤੇ ਲਾਈਨ ਲੰਬੀ ਸੀ, ਗਰਮੀ ਦਾ ਮੌਸਮ ਸੀ, ਅਤੇ ਉਹ ਦੇਖਿਆ ਉਹਨੇ ਵੀ ਇਹ ਘਰ ਵਾਲੀ ਉਦਾਸ ਆ। ਉਹ ਕਹਿੰਦਾ ਵੀ ਭਗਵਾਨ ਨੇ ਉਦਾਸ ਕਿਉਂ, ਤੂੰ ਆਪਾਂ ਘੁੰਮਣ ਆਏ, ਥੋੜ੍ਹਾ ਇੰਜੋਏ ਕਰ। ਉਹ ਕਹਿੰਦੇ ਨਹੀਂ, ਪਿੰਡ ਗੱਲ ਹੋਈ ਸੀ ਘਰ, ਅਤੇ ਉਹ ਬਸ ਲਾਈਟ ਹੈ ਨਹੀਂ ਪਿੰਡ, ਅਤੇ ਉਹ ਸਾਰੇ ਜਣੇ ਮੋਟਰ 'ਤੇ ਆਏ ਹੋਏ ਆ। ਉਹ ਕਹਿੰਦੇ ਲਾਈਟ ਹੈ ਨਹੀਂ, ਉਹ ਮੋਟਰ 'ਤੇ ਆਏ ਹੋਏ ਆ, ਫਿਰ ਇਹਦੇ 'ਚ ਉਦਾਸ ਹੋਣ ਵਾਲੀ ਕਿਹੜੀ ਗੱਲ ਹੈ? ਉਹ ਕਹਿੰਦੀ ਉਦਾਸ ਹੋਣ ਵਾਲੀ ਗੱਲ ਤਾਂ ਆਪੇ ਹੀ ਹੈਗੀ ਆ, ਵੀ ਉਹ ਸਾਰੇ ਜਣੇ ਮੋਟਰ 'ਤੇ ਆਏ ਹੋਏ ਆ, ਔਰ ਉਹ ਸਾਰਾ ਟੱਬਰ ਹੁਣ ਜਿਹੜਾ ਮੇਰੇ ਘਰ ਦੇ ਆ, ਮੋਟਰ 'ਤੇ ਆਰਾਮ ਨਾਲ ਬੈਠ ਕੇ ਟੌਰ ਦੇ ਨਾਲ ਚਲੇ ਦੇ ਵਿੱਚ ਹਦਵਾਣੇ ਠੰਡੇ ਕਰਕੇ ਖਾਂਦੇ ਹੋਣੇ ਆ, ਮੈਂ ਇੱਥੇ ਆ ਟਾਵਰ ਜਿਹਾ ਦੇਖਣ ਵਾਸਤੇ ਲਾਈਨ 'ਚ ਧੱਕੇ ਖਾਈ ਜਾਂਦੀ ਹੈ। ਸੋ ਉਹਨੂੰ ਵਿਚਾਰੀ ਨੂੰ ਟਾਵਰ ਦੀ ਅਹਿਮੀਅਤ ਨਹੀਂ ਪਤਾ ਵੀ ਉਹ ਟਾਵਰ ਦੀ ਕੀ ਦੁਨੀਆ ਦੇ ਵਿੱਚ ਅਹਿਮੀਅਤ ਹੈਗੀ ਆ। ਸੋ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਰਲ ਮਿਲਵੀਆਂ ਹੁੰਦੀਆਂ ਨੇ। ਦੋ ਸਵਾਲ ਹੋਰ ਸੀ ਜਿਹੜੇ ਹੁਣ ਮੈਂ ਨਹੀਂ ਪੜ੍ਹ ਹੋਣੇ, ਉਹਨੂੰ ਅਗਲੀ ਵਾਰ ਪੜ੍ਹਨ ਦੀ ਕੋਸ਼ਿਸ਼ ਕਰਾਂ, ਕਿਉਂਕਿ ਸਮਾਂ ਜਿਹੜਾ ਉਹ ਬ੍ਰੇਕਦਾਇਕ ਹੋ ਗਿਆ। ਠੀਕ ਹੈ ਜੀ, ਅਤੇ ਇਹ ਅਗਲੇ ਸਵਾਲ 'ਚ ਬ੍ਰੇਕ ਤੋਂ ਬਾਅਦ ਆਪਾਂ ਜਦੋਂ ਜਾਣਾ ਹੈਗਾ ਕੀ ਕਹਿੰਦੇ ਹੁੰਦੇ ਆ ਵਿਸ਼ੇ ਵੱਲ। ਵਿਸ਼ੇ ਅਕਸਰ ਉਹੀ ਹੁੰਦੇ ਸਾਡੇ ਦੇ ਵਿੱਚੋਂ, ਜਿਵੇਂ ਅੱਜ ਦਾ ਮੁੱਦੇ ਦੀ ਆਪਾਂ ਗੱਲ ਕੀਤੀ ਸੀ, ਉਸ ਤਰ੍ਹਾਂ ਦਾ ਵਿਸ਼ਾ ਆਪਾਂ ਵੀ ਪਹਿਲਾਂ ਕਈ ਵਾਰੀ ਰੱਖਿਆ। ਮੁੱਕਦੀ ਗੱਲ ਇਹ ਹੁੰਦੀ ਆ ਵੀ ਵਿਸ਼ਿਆਂ ਦੇ ਵਿੱਚੋਂ ਕੁਛ ਨਾ ਕੁਛ ਮਿਲੇ, ਕੁਛ ਨਾ ਕੁਛ ਸਿੱਖਣ ਨੂੰ ਮਿਲੇ, ਕੋਈ ਨਾ ਕੋਈ ਇਨਫੋਰਮੇਸ਼ਨ ਮਿਲੇ, ਜਾਂ ਫਿਰ ਕੋਈ ਨਾ ਕੋਈ, ਚਲੋ ਹਾਸਾ ਮਜ਼ਾਕ ਦੀ ਵੀ ਕੋਸ਼ਿਸ਼ ਕਰੀਦੀ ਹੈ, ਪਰ ਹਾਸਾ ਮਜ਼ਾਕ ਨਾਲੋਂ ਜ਼ਿਆਦਾ ਕੋਸ਼ਿਸ਼ ਇਹ ਹੁੰਦੀ ਆ ਵੀ ਸਾਡੇ ਨਾਲ ਜੁੜਦੇ ਰਲਦੇ ਮਿਲਦੇ ਵਿਸ਼ੇ ਜਿਹੜੇ ਆ ਉਹ ਰੱਖੀਏ, ਤਾਂ ਕਿ ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਨੂੰ ਸੁਣ ਸਕਣ, ਉਹਨਾਂ ਨੂੰ ਕਿਤੇ ਨਾ ਕਿਤੇ ਕਈਆਂ ਨੂੰ ਲੱਗੇ ਵੀ ਹਾਂ ਇਹ ਵਾਕਿਆ ਹੀ ਗੱਲ ਸਹੀ ਹੈ, ਇਹ ਫਲਾਣੇ ਨਾਲ ਹੋਈ ਸੀ, ਇਹ ਸਾਡੇ ਫਲਾਣੇ ਰਿਸ਼ਤੇਦਾਰ ਨਾਲ ਹੋਈ ਸੀ, ਇਹ ਜਾਂ ਫਲਾਣੀ ਗੱਲ ਫਲਾਣੀ ਜਗ੍ਹਾ ਇੱਦਾਂ ਹੋਈ ਸੀ। ਸੋ ਉਹ ਗੱਲਾਂ ਬੱਤਾਂ ਆਪਾਂ ਬ੍ਰੇਕ ਤੋਂ ਬਾਅਦ ਕਰਾਂਗੇ, ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ, ਅਤੇ ਅੱਜ ਦੇ ਵਿਸ਼ੇ ਵੱਲ ਚੱਲਦੇ ਹਾਂ, ਨਾਲ ਦੀ ਨਾਲ ਫਿਰ ਉਡੀਕ ਰਹੇਗੀ ਤੁਹਾਡੀਆਂ ਕਾਲਾਂ ਦੀ ਅਤੇ ਗੱਲਬਾਤ ਕਰਨ ਵਾਸਤੇ। ਵੈਸੇ ਤਾਂ ਜਿਹੜੇ ਕਾਲਿੰਗ ਸ਼ੋਅ ਹੁੰਦੇ ਨੇ ਤਕਰੀਬਨ ਜਿੰਨੇ ਵੀ ਕੋਈ ਕਰਦੇ ਨੇ ਕਿਸੇ ਚੈਨਲ 'ਤੇ ਜਾਂ ਕੋਈ ਵੀ, ਅਤੇ ਉਹ ਮੋਸਟਲੀ ਡਿਪੈਂਡੈਂਟ ਹੁੰਦੇ ਨੇ ਕਿ ਜਿੰਨੀ ਦੇਰ ਕਾਲ ਆਉਂਦੀ ਨਹੀਂ ਉਨੀ ਦੇਰ ਫਿਰ ਕੋਈ ਕੰਮ ਉਹ ਕਰਦੇ ਨਹੀਂ ਹੈਗੇ, ਵੀ ਕਾਲ 'ਤੇ ਜ਼ਿਆਦਾ ਡਿਪੈਂਡੈਂਟ ਹੁੰਦੇ ਆ। ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਕਾਲਾਂ ਲੈਣ ਤੋਂ ਪਹਿਲਾਂ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦਾ ਅਲੱਗ ਜਿਹਾ ਕੋਈ ਤੁਹਾਡੇ ਰੂਬਰੂ ਪੇਸ਼ ਕੀਤਾ ਜਾਵੇ, ਜਿਵੇਂ ਮੈਂ ਕਿ ਕਰਦਾ ਰੋਜ਼ ਕੋਈ ਨਾ ਕੋਈ ਵੱਖਰੀ ਪ੍ਰੋਗਰਾਮ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ, ਔਰ ਤੁਸੀਂ ਪਸੰਦ ਵੀ ਕਰਦੇ ਹੋ, ਅਲੱਗ ਅਲੱਗ ਦਿਨ ਅਲੱਗ ਅਲੱਗ ਕੋਈ ਨਾ ਕੋਈ ਪਹਿਲੇ ਸੈਗਮੈਂਟ ਦੇ ਵਿੱਚ ਰੱਖੀਦਾ, ਪ੍ਰੋਗਰਾਮ ਰੱਖਣ ਦੀ ਕੋਸ਼ਿਸ਼ ਕਰੀਦੀ ਹੈ। ਚਲੋ ਆਉਣ ਵਾਲੇ ਦਿਨਾਂ 'ਚ ਇਹਨੂੰ ਹੋਰ ਸੁਧਾਰਨ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗੇ। ਗੱਲ ਆਪਾਂ ਕਰੀਏ ਜੀ, ਅੱਜ ਦੇ ਦਿਨ ਗੱਲ ਕਰੀਦੀ ਹੈ ਰਿਸ਼ਤਿਆਂ ਦੀ, ਆਪਾਂ ਸਮਾਜਿਕ ਗੱਲਬਾਤ ਕਰੀਦੀ ਹੈ, ਰੀਤੀ ਰਿਵਾਜ਼ਾਂ ਦੀ ਗੱਲਬਾਤ ਕਰੀਦੀ ਹੈ। ਸੋ ਫਿਰ ਕਈ ਵਾਰੀ ਗੱਲਬਾਤ ਕਰਕੇ ਅਤੇ ਉਹ ਫਿਰ ਗੱਲਬਾਤ ਦੁਬਾਰਾ ਕਰੀਦੀ ਆ। ਬਹੁਤ ਸਾਰੇ ਵਿਸ਼ੇ ਐਸੇ ਨੇ ਜਿਹੜੇ ਭਾਵੇਂ ਜਿੰਨੀ ਵਾਰ ਮਰਜ਼ੀ ਰੱਖੀ ਜਾਓ ਉਨੀ ਵਾਰੀ ਥੋੜ੍ਹੇ ਨੇ। ਅੱਜ ਦਾ ਵਿਸ਼ਾ ਵੀ ਇਹੀ ਹੈ, ਵਿਆਹ ਹੁੰਦੇ ਨੇ, ਵਿਆਹ ਬਹੁਤ ਸਭ ਦੇ ਹੁੰਦੇ ਨੇ ਤਕਰੀਬਨ, ਕੋਈ ਬੰਦਾ ਵਿਰਲਾ ਹੀ ਹੋਊਗਾ ਜਿਹੜਾ ਨਹੀਂ ਕਰਾਉਂਦਾ, ਜਾਂ ਫਿਰ ਜਿਹਦਾ ਵਿਚਾਰੇ ਦਾ ਹੁੰਦਾ ਨਹੀਂ, ਜਿਹਦਾ ਵਿਚਾਰੇ ਦਾ ਵਿਆਹ ਹੁੰਦਾ ਨਹੀਂ, ਉਹ ਤਾਂ ਅੱਜ ਕੱਲ੍ਹ ਬਹੁਤ ਘੱਟ ਹੈਗੇ ਨੇ। ਵਿਆਹ ਨਾ ਹੋਣ ਵਾਲਾ ਕੰਮ ਤਾਂ ਕੋਈ ਨਾ ਕੋਈ ਜੁਗਾੜ ਬੰਦਾ ਲੱਭ ਹੀ ਲੈਂਦਾ, ਅੱਜ ਕੱਲ੍ਹ ਸੋਸ਼ਲ ਮੀਡੀਆ ਇੰਨਾ ਹਾਵੀ ਹੈਗਾ। ਪਹਿਲੇ ਸਮਿਆਂ ਦੇ ਵਿੱਚ ਕਾਫੀ ਹੁੰਦਾ ਸੀ, ਵਿਆਹ ਦਾ ਔਖਾ ਕੰਮ ਹੁੰਦਾ ਸੀਗਾ ਕਈਆਂ ਨੂੰ, ਪਿੰਡ ਦੇ ਵਿੱਚ ਜੇ ਜਦੋਂ ਛੋਟੇ ਦਾ ਵਿਆਹ ਕਰ ਦਿੰਦੇ ਸੀ ਤਾਂ ਵੱਡਾ ਫਿਰ ਅਕਸਰ ਰਹਿ ਜਾਂਦਾ ਸੀ, ਅਤੇ ਉਹ ਫਿਰ ਛੜਿਆਂ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਸੀ, ਸਾਰੇ ਪਿੰਡ ਦੇ ਫਿਰ ਤਾਨੇ ਮਿਹਣੇ ਉਹਨੂੰ ਸੁਣਨੇ ਪੈਂਦੇ ਸੀ, ਡਿਪਰੈਸ਼ਨ ਦੇ ਵਿੱਚ ਫਿਰ ਬੰਦਾ ਚੱਲ ਜਾਂਦਾ ਸੀ ਕਈ ਵਾਰੀ। ਚਲੋ ਵਿਆਹ ਹੁੰਦਾ ਕਿਸੇ ਦਾ ਕਿਸੇ ਤਰੀਕੇ ਹੁੰਦਾ, ਕਿਸੇ ਦਾ ਕਿਸੇ ਤਰੀਕੇ ਹੁੰਦਾ, ਜਿਵੇਂ ਕਿ ਆਹ ਮੁੱਦਾ ਦੇ ਵਿੱਚ ਵੀ ਵਿਆਹ ਦਾ ਹੀ ਵਿਸ਼ਾ ਸੀਗਾ ਕਿ ਇੱਧਰ ਕੁੜੀ ਆਈ ਅਤੇ ਉੱਧਰ ਭੱਜ ਗਈ, ਬੜੇ ਕੇਸ ਹੁੰਦੇ ਨੇ, ਇੰਗਲੈਂਡ ਦੇ ਵਿੱਚ ਬੜੇ ਕੇਸ ਅਸੀਂ ਸੁਣ
ਮਿਲੇ ਆ ਕੋਈ ਵਿਆਹ ਫਿਰ ਉੱਧਰ ਵਿਚੋਲੇ ਕਰਾਉਂਦੇ ਨੇ, ਕੋਈ ਕੁਛ ਕਰਾਉਂਦੇ ਨੇ, ਕੋਈ ਆਪੇ ਲੋਕ ਕਰਾਉਂਦੇ, ਕੋਈ ਕਾਲਜਾਂ ਵਿੱਚ ਪੜ੍ਹਦੇ ਮੁੰਡਾ ਕੁੜੀ, ਕੋਈ ਇਕੱਠੇ ਜੋਬ ਕਰਦੇ ਆ, ਉਹ ਵਿਆਹ ਕਰਾਉਂਦੇ ਨੇ। ਪਹਿਲੇ ਸਮੇਂ ਵਾਲਾ ਹੁਣ ਸਮਾਂ ਨਹੀਂ ਰਿਹਾ ਕਿ ਵਿਆਹ ਦਾ ਇੱਕੋ ਇੱਕ ਤਰੀਕਾ ਹੁੰਦਾ ਸੀਗਾ ਕਿ ਮੁੰਡਾ ਕੁੜੀ ਤੱਕ ਦੂਜੇ ਨੂੰ ਦੇਖਦੇ ਨਹੀਂ ਸੀਗੇ ਅਤੇ ਕੋਈ ਰਿਸ਼ਤੇਦਾਰ ਵਿਆਹ ਕਰਾ ਦਿੰਦਾ ਸੀ, ਜਿੱਥੇ ਕਰਤਾ ਉੱਥੇ ਕਰਤਾ, ਠੀਕ ਹੈ ਜੀ, ਉਦੋਂ ਅੱਗੇ ਪਿੱਛੇ ਕੁਛ ਨਹੀਂ ਹੁੰਦਾ ਸੀਗਾ। ਫਿਰ ਗੱਲ ਆ ਗਈ ਵਿਆਹਾਂ ਦੀ, ਗੱਲ ਆ ਗਈ ਅਤੇ ਉਦੋਂ ਬਾਅਦ ਗੱਲ ਆ ਗਈ ਵੀ ਵਿਆਹ ਮੁੰਡਾ ਕੁੜੀ ਕਰਾਉਣ ਕਿੱਥੇ ਲੱਗਿਆ ਜੀ। ਹੁਣ ਅੱਜ ਕੱਲ੍ਹ ਦੇਖ ਦਿਖਾਈਏ ਦਾ ਰਿਵਾਜ਼ ਚੱਲ ਪਿਆ, ਆਪੇ ਵਿਆਹ ਕਰਾਉਣ ਦਾ ਰਿਵਾਜ਼ ਚੱਲ ਪਿਆ। ਸਭ ਤੋਂ ਵੱਡੀ ਟੈਨਸ਼ਨ ਬਾਹਲੇ ਪਰਿਵਾਰਾਂ ਨੂੰ ਇਹ ਹੁੰਦੀ ਹੈ ਇਹ ਮੁੰਡਾ ਕੌਣ ਹੈ, ਕੁੜੀ ਕੌਣ ਹੈ, ਮੁੰਡਾ ਕਿਹਨਾਂ ਦਾ, ਸਭ ਤੋਂ ਵੱਡਾ ਸਵਾਲ ਕੁੜੀ ਕਿਹਨਾਂ ਦੀ ਆ, ਫਿਰ ਉਹ ਕਿਹਨਾਂ ਦੀ ਵਿੱਚ ਐਸਾ ਚੱਕਰ ਪੈਂਦਾ ਹੈ, ਗੱਲ ਵੱਧ ਜਾਂਦੀ ਹੈ ਅਤੇ ਮੁੰਡਾ ਕੁੜੀ ਕੋਰਟ ਦੇ ਵਿੱਚ ਜਾਂ ਮੈਰਿਜ ਕਰਾਉਂਦੇ ਨੇ ਜਾਂ ਫਿਰ ਉਹ ਪੁਲਿਸ ਪ੍ਰੋਟੈਕਸ਼ਨ ਲੈ ਲੈਂਦੇ ਨੇ ਜਾਂ ਫਿਰ ਘਰੋਂ ਭੱਜ ਜਾਂਦੇ ਨੇ। ਗੱਲ ਕਰੀਏ ਘਰੋਂ ਭੱਜਣ ਵਾਲਿਆਂ ਦੀ, ਬਹੁਤ ਸਾਰੇ ਵਿਆਹ ਇਹੋ ਜਿਹੇ ਹੈਗੇ ਜਿਹੜੇ ਅਸੀਂ ਵੀ ਕਰਾਏ ਨੇ। ਆਮ ਤੌਰ 'ਤੇ ਇਹ ਸਮੱਸਿਆ ਉਦੋਂ ਆਉਂਦੀ ਹੈ ਜਿਹੜੀਆਂ ਅਸੀਂ ਜਾਤਾਂ ਪਾਤਾਂ ਬਣਾ ਰੱਖੀਆਂ ਨੇ, ਗੋਤ ਬਣਾ ਰੱਖੇ ਨੇ ਵੀ ਫਲਾਨਾ ਫਲਾਨਾ ਅਤੇ ਫਲਾਨੀ ਫਲਾਨੀ ਜਾਤ ਦਾ, ਅਤੇ ਉੱਥੇ ਪ੍ਰੋਬਲਮ ਆਉਂਦੀ ਹੈ ਜਦੋਂ ਕੁੜੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਅਸੀਂ ਬਣਾਈਆਂ ਹੋਈਆਂ ਨੇ ਵੀ ਆਹ ਜਾਤ ਉੱਚੀ ਹੈ, ਪ੍ਰੋਬਲਮ ਉੱਥੇ ਆਉਂਦੀ ਵੀ ਕੁੜੀ ਫਿਰ ਕਹਿੰਦੇ ਉੱਚੀ ਜਾਤ ਦੀ ਅਤੇ ਮੁੰਡੇ ਦੀ ਜਾਤ ਛੋਟੀ ਹੈ, ਅਤੇ ਇਸ ਕਰਕੇ ਇਹ ਨਹੀਂ ਹੋ ਸਕਦਾ, ਕੁੱਟ ਕਟਾਪੇ ਤੱਕ ਗੱਲ ਜਾਂਦੀ ਹੈ ਕੁੜੀ ਦੇ, ਖਾਸ ਤੌਰ 'ਤੇ ਕੁੱਟ ਕਟਾਪੇ ਤੱਕ ਗੱਲ ਜਾਂਦੀ ਹੈ। ਫਿਰ ਕੁੜੀ ਬਾਗੀ ਹੋ ਜਾਂਦੀ ਹੈ, ਬਹੁਤ ਸਾਰੀਆਂ ਕੁੜੀਆਂ ਕੋਈ ਨਾ ਕੋਈ ਐਸਾ ਫੈਸਲਾ ਲੈ ਲੈਂਦੀਆਂ, ਜ਼ਿੰਦਗੀ ਖਤਮ ਕਰਨ ਵਾਲਾ ਫੈਸਲਾ ਲੈਂਦੀਆਂ। ਅਸੀਂ ਵੀ ਇੱਕ ਐਸਾ ਵਿਆਹ ਕਰਾਇਆ, ਇਸ ਤੱਕ ਦੋ ਤਿੰਨ ਕਰਾਏ ਨੇ, ਦੋ ਤਿੰਨਾਂ ਨਾਲ ਵਾਹ ਪਿਆ ਇਸ ਤਰ੍ਹਾਂ ਦਾ। ਇੱਕ ਵਿਆਹ ਐਸਾ ਕਰਾਇਆ ਕਿ ਉਹ ਉਦੋਂ ਮੁੰਡਾ ਸਧਾਰਨ ਸੀਗਾ, ਸਧਾਰਨ ਤੋਂ ਭਾਵ ਠੀਕ ਹੈ, ਸ਼ੌਕ ਸੀਗਾ ਗਾਇਕੀ ਵਗੈਰਾ ਦਾ, ਪੜ੍ਹਾਈ ਪੜੂਈ ਕੀਤੀ ਸੀ ਮਾੜੀ ਪਤਲੀ, ਅਤੇ ਇੱਦਾਂ ਟਾਂਕਾ ਜਦੋਂ ਇੱਦਾਂ ਹੋ ਗਿਆ ਫਿੱਟ, ਅਤੇ ਫਿਰ ਬੜਾ ਕੰਮ ਔਖਾ ਹੋ ਗਿਆ। ਅਸੀਂ ਗਏ ਵਿੱਚ ਪੈਪ ਪਾ ਕੇ ਕੁੜੀ ਵਾਲਿਆਂ ਕੋਲ ਗਏ, ਉਹਨਾਂ ਦੀਆਂ ਮਿਹਨਤਾਂ ਮੁਹਨਤਾਂ ਕੀਤੀਆਂ ਵੀ ਕਾਹਨੂੰ ਜ਼ਿੰਦਗੀ ਖਰਾਬ ਕਰਦੇ ਮੁੰਡੇ ਕੁੜੀ ਦੀ, ਫਿਰ ਕੱਲ੍ਹ ਨੂੰ ਕੋਈ ਉੱਨੀ ਕੀ ਕਰ ਲੈਣਗੇ, ਫਿਰ ਚੰਗੇ ਰਹੋਗੇ, ਫਲਾਨਾ ਕਰੋਗੇ, ਤੈਨੂੰ ਕਰਾਂਗੇ, ਉਹ ਨਹੀਂ ਮੰਨੇ ਛੇਤੀ ਕਿਤੇ, ਠੀਕ ਹੈ। ਉਹੀ ਗੱਲ ਸ਼ੁਰੂ ਹੋ ਗਈ, ਕੁੜੀ ਦਾ ਕੁੱਟ ਕਟਾਪਾ ਸ਼ੁਰੂ ਹੋ ਗਿਆ, ਪਰ ਕੁੜੀ ਨਹੀਂ ਮੰਨੀ ਮੈਂ ਤਾਂ ਉੱਥੇ ਹੀ ਕਰਾਉਣਾ। ਅਖੀਰ ਜਦੋਂ ਅਸੀਂ ਵੀ ਕਿਹਾ, ਅਸੀਂ ਕਿਹਾ ਵੀ ਮੈਂ ਸਾਡੇ ਹੁਣ ਭਗਵੰਤ ਨਾਲ ਮੇਰੀ ਕੈਸਟਾਂ ਆਈਆਂ ਸੀ, ਜਰਨੈਲ ਘੁਮਾਣ ਸਾਹਿਬ ਸਾਡੇ ਪ੍ਰੋਡਿਊਸਰ ਜਿਹੜੇ ਉਹ ਵੀ ਨਾਲ ਸੀਗੇ, ਉਹਨੂੰ ਪਤਾ ਵੀ ਬਹੁਤ ਵਾਰ ਬੰਦੇ ਹੈਗੇ ਨੇ ਵੀ ਇਹ ਗਰੰਟੀ ਲੈਂਦੇ ਨੇ, ਚਲੋ ਉਹਨਾਂ ਨੇ ਵਿਆਹ ਕਰਤਾ ਉਦੋਂ। ਉਸ ਤੋਂ ਬਾਅਦ ਕੀ ਹੋਇਆ, ਦੋ ਚੌਂ ਸਾਲਾਂ ਦੇ ਵਿੱਚ ਹੀ ਮੁੰਡੇ ਦੀ ਐਸੀ ਚੜ੍ਹਾਈ ਹੋਈ, ਉਹ ਸੁਪਰ ਡੁਪਰ ਸਟਾਰ ਬਣ ਗਿਆ। ਫਿਰ ਉਹ ਜਿਹੜੇ ਮਾਂ ਬਾਪ ਜਿਹੜੇ ਕਹਿੰਦੇ ਸੀ ਵੀ ਸਾਡੀ ਕੁੜੀ ਦੀ ਯਾਦ ਉੱਚੀ ਹੈ ਅਤੇ ਉਹਦੀ ਨੀਵੀਂ ਆ, ਅਤੇ ਹੁੱਬ ਹੁੱਬ ਕੇ ਫਿਰ ਲੋਕਾਂ ਨੂੰ ਦੱਸਦੇ ਫਿਰਦੇ ਸੀਗੇ ਵੀ ਇਹ ਸਾਡਾ ਜਵਾਈ ਹੈ ਜੀ, ਇਹ ਸਾਡਾ ਜਵਾਈ ਹੈ ਜੀ, ਇਹ ਸਾਡਾ ਜਵਾਈ ਹੈ। ਅੱਛਾ, ਇਹ ਚੀਜ਼ ਜਿਹੜੀ ਹੁਣ ਭੱਜਣ ਦੀ ਨੌਬਤ ਆਉਂਦੀ, ਇੱਥੇ ਦੋ ਚੀਜ਼ਾਂ ਆ ਗਈਆਂ ਫਿਰ ਆਪਣੇ ਕੋਲ। ਇੱਕ ਤਾਂ ਇਹ ਹੈਗੀ ਵੀ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਸਾਡਾ, ਅਸੀਂ ਗੱਲ ਕਰੀਏ ਚਲੋ ਸਾਡਾ ਕੋਈ ਮੁੰਡਾ ਜਾਂ ਕੁੜੀ ਘਰੋਂ ਭੱਜਦਾ, ਪਹਿਲਾਂ ਤਾਂ ਬੜੀਆਂ ਸੁੱਖਾਂ ਦੇ ਨਾਲ, ਸੁੱਖ ਸੌਖੇ, ਪਤਾ ਨਹੀਂ ਕਿੱਦਾਂ ਬੱਚੇ ਪੈਦਾ ਹੁੰਦੇ ਨੇ, ਕਿਵੇਂ ਸੁੱਖ ਸੌਖੇ ਸੁੱਖਾਂ ਦੇ ਨਾਲ, ਪਿਆਰ ਦੇ ਨਾਲ ਕੁੜੀ ਜਾਂ ਮੁੰਡਾ ਪੈਦਾ ਹੁੰਦਾ, ਫਿਰ ਉਹਦੀ ਪਾਲਣ ਪੋਸ਼ਣ ਜਿਹੜੀ ਹੈ ਮਾਂ ਬਾਪ ਪੂਰੀ ਵਾਹ ਲਾ ਦਿੰਦੇ ਆ, ਪੜ੍ਹਾਈ ਲਿਖਾਈ 'ਚ ਆਪ ਤੰਗ ਹੋ ਕੇ ਉਹਦੀਆਂ ਮੰਗਾਂ ਪੂਰੀਆਂ ਕਰਦੇ ਨੇ, ਆਪ ਤੰਗ ਹੋ ਕੇ ਉਹਨੂੰ ਮਹਿੰਗੇ ਮਹਿੰਗੇ ਮੋਟਰਸਾਈਕਲ ਲੈ ਕੇ ਦਿੰਦੇ ਨੇ, ਆਪ ਤੰਗ ਹੋ ਕੇ ਉਹਦੀ ਹਰ ਗੱਲ ਮੰਨਦੇ ਨੇ, ਅਤੇ ਸੁੱਖ ਨਾਲ ਫਿਰ ਜਦੋਂ ਗੱਲ ਫਿਰ ਉਹੀ ਆ ਗਈ। ਆਪਾਂ ਪਹਿਲਾਂ ਵੀ ਇੱਕ ਵਿਸ਼ਾ ਇਸ ਤਰ੍ਹਾਂ ਦਾ ਰੱਖਿਆ ਸੀ, ਪਰ ਅੱਜ ਘਰੋਂ ਭੱਜਣ ਵਾਲਿਆਂ ਦੀ ਆਪਾਂ ਗੱਲ ਕਰਨੀ ਹੈ, ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਦੀ। ਅਖੀਰ ਇਹ ਹੁੰਦਾ 17-18 ਸਾਲ ਦਾ ਜਦੋਂ ਹੋ ਜਾਂਦਾ, 20-22 ਸਾਲ ਦਾ ਮੁੰਡਾ ਹੋ ਜਾਂਦਾ, ਅਤੇ ਉਦੋਂ ਉਹਨੂੰ ਲੱਗਣ ਲੱਗ ਜਾਂਦਾ ਵੀ ਸਾਡਾ ਫੈਸਲਾ ਜਿਹੜਾ ਅਸੀਂ ਕਰ ਰਹੇ ਉਹ ਸਹੀ ਆ, ਜੇ ਕੋਈ ਸਾਡੇ ਵਾਸਤੇ ਮੇਰੇ ਮਾਂ ਬਾਪ ਫੈਸਲਾ ਕਰਨਗੇ ਤਾਂ ਉਹ ਗਲਤ ਹੈ। ਜਦੋਂ ਘਰਦੇ ਨਹੀਂ ਮੰਨਦੇ ਤਾਂ ਘਰੋਂ ਭੱਜ ਜਾਂਦੇ ਨੇ, ਸਿੱਧੇ ਲਫ਼ਜ਼ਾਂ ਦੇ ਵਿੱਚ ਮਾਪਿਆਂ ਦੀ ਨੱਕ ਕਟਵਾ ਦਿੰਦੇ ਨੇ। ਮਾਪੇ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ, ਖਾਸ ਤੌਰ 'ਤੇ ਕੁੜੀ ਦੇ ਮਾਪੇ ਜਿਹੜੇ, ਉਹਨਾਂ ਦੀ ਕੀ ਹਾਲਤ ਹੁੰਦੀ ਹੈ ਮੁੰਡੇ ਵਾਲੇ ਨੂੰ, ਅੱਜ ਵੀ ਬਾਹਲਾ ਫਰਕ ਨਹੀਂ ਪੈਂਦਾ, ਅਸੀਂ ਹਜੇ ਕਹਿ ਦਿੰਦੇ ਹਾਂ ਕੁੜੀਆਂ ਮੁੰਡੇ ਬਰਾਬਰ, ਪਰ ਅੱਜ ਵੀ ਮੁੰਡੇ ਵਾਲੇ ਨੂੰ ਕਿਸ ਚੀਜ਼ ਦਾ ਬਾਹਲਾ ਫਰਕ ਨਹੀਂ ਪੈਂਦਾ, ਜੇ ਕੁੜੀ ਘਰੋਂ ਭੱਜਦੀ ਹੈ ਤਾਂ ਕੁੜੀ ਵਾਲਿਆਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ। ਅਤੇ ਕਈ ਤਾਂ ਸਿਆਣੇ ਮਾਂ ਬਾਪ ਜਿਹੜੇ ਹੈਗੇ ਨੇ ਉਹ ਕਹਿ ਦਿੰਦੇ ਨੇ ਕਿ ਭਾਈ ਤੁਹਾਡੀ ਜ਼ਿੰਦਗੀ ਹੈ, ਤੁਸੀਂ ਗੁਜ਼ਾਰਨੀ ਹੈ, ਅਸੀਂ ਕੀ ਲੈਣਾ। ਅੱਜ ਵੀ ਦੇਖੋ, ਕਹਿੰਦੇ ਸਾਡੇ ਗੁਰੂ ਸਾਹਿਬਾਨਾਂ ਨੇ ਜਾਤ ਪਾਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ,
ਸਭ ਨੇ ਜਿਹੜਾ ਆਹ ਅਗਰ ਗੱਲ ਕਰੀਏ ਬੀ ਆਰ ਅੰਬੇਦਕਰ, ਡਾਕਟਰ ਬੀ ਆਰ ਅੰਬੇਦਕਰ ਉਹਨਾਂ ਨੇ ਕਾਨੂੰਨ ਵੀ ਬਣਾ ਦਿੱਤਾ ਸੀ ਵੀ ਅੰਤਰ ਰਾਜੀ ਵਿਆਹ ਜਿਹੜਾ ਉਹ ਹੋ ਜਾਂਦਾ, ਕਾਨੂੰਨੀ ਤੌਰ 'ਤੇ ਹੋ ਸਕਦਾ, ਕੋਈ ਉਹਨੂੰ ਮਨ੍ਹਾ ਨਹੀਂ ਕਰ ਸਕਦਾ। ਪਰ ਫਿਰ ਵੀ ਜਾਤਾਂ ਪਾਤਾਂ ਵਾਲੇ ਹੁੰਦੇ ਨੇ, ਹਜੇ ਬਹੁਤ ਸਾਰੇ ਕੇਸ 'ਤੇ ਬਹੁਤ ਸਾਰੀ ਜਗ੍ਹਾ ਕੇਸ ਨਹੀਂ ਹੁੰਦੇ। ਪਰ ਜਿਹੜੇ ਲੋਕ ਘਰੋਂ ਭੱਜ ਕੇ ਵਿਆਹ ਕਰਾਉਂਦੇ ਨੇ ਉਹ ਕਿੰਨੇ ਕੁ ਜਾਇਜ਼ ਨੇ, ਮੁੰਡਾ ਅਤੇ ਕੁੜੀ? ਕੀ ਵਾਕਿਆ ਹੀ ਉੱਥੇ ਇਹ ਲੱਗਦਾ, ਜਾਂ ਫਿਰ ਮੁੰਡੇ ਕੁੜੀ ਨੂੰ ਇਹ ਲੱਗਦਾ ਵੀ ਸਾਡੇ ਮਾਂ ਪਿਓ ਨੇ ਫੈਸਲਾ ਸਾਡੇ ਵਾਸਤੇ ਹੀ ਨਹੀਂ ਕਰਨਾ, ਜਾਂ ਫਿਰ ਮਾਂ ਪਿਓ ਨੂੰ ਇਹ ਲੱਗਦਾ ਵੀ ਜੋ ਫੈਸਲਾ ਅਸੀਂ ਕਰਾਂਗੇ ਉਹ ਹੀ ਸਹੀ ਹੋਊਗਾ? ਗੱਲ ਦੋਹੇ ਪਾਸੇ ਫੇਰ ਆ ਗਈ, ਜਿਹੜੀ ਅਕਸਰ ਹੁੰਦੀ ਹੈ ਪਿੰਡਾਂ ਦੇ ਵਿੱਚ, ਅਕਸਰ ਇਹ ਚੀਜ਼ ਦੇਖਣ ਵਾਸਤੇ ਹੁੰਦੀ ਹੈ ਜਦੋਂ ਕਿਸੇ ਮਾਂ ਨੂੰ ਇਹ ਗੱਲ ਸੁਣਨੀ ਪੈਂਦੀ ਜਾਂ ਕਿਸੇ ਪਿਓ ਨੂੰ ਇਹ ਗੱਲ ਸੁਣਨੀ ਪੈਂਦੀ ਹੈ ਵੀ ਇਹਨਾਂ ਦੀ ਕੁੜੀ ਭੱਜ ਗਈ। ਭੱਜ ਗਈ ਲਫ਼ਜ਼ ਇੱਕ ਐਸਾ ਆਪਣੇ ਆਪ ਦੇ ਵਿੱਚ ਹੈਗਾ ਜਿਹੜਾ ਕਿ ਤੀਰ ਤਲਵਾਰਾਂ ਨਾਲੋਂ ਵੀ ਜ਼ਿਆਦਾ ਤਿੱਖਾ ਚੁੱਭਦਾ। ਸੋ ਇਹ ਭੱਜਣ ਭਜਾਉਣ ਦਾ ਜਿਹੜਾ ਰਿਵਾਜ਼ ਹੈਗਾ ਪਹਿਲਾਂ ਸੀਗਾ ਕਿ ਨਹੀਂ ਸੀਗਾ, ਅੱਜ ਕੱਲ੍ਹ ਜੇ ਮੁੰਡੇ ਘਰੋਂ ਭੱਜਦੇ ਨੇ ਤਾਂ ਕੁੜੀਆਂ ਘਰੋਂ ਭੱਜਦੀਆਂ ਨੇ, ਉਹਨਾਂ ਨੂੰ ਇਹ ਜਾਇਜ਼ ਆ ਕਿ ਨਹੀਂ ਜਾਇਜ਼? ਮਾਂ ਬਾਪ ਜਿਹੜੇ ਬਾਕੀ ਵੈਸੇ ਅੜਦੇ ਨੇ ਵੀ ਚਲੋ ਕੁੜੀ ਵਾਲੇ ਇਸ ਕਰਕੇ ਅੜਦੇ ਨੇ ਮੁੰਡਾ ਕੰਮ ਨਹੀਂ ਕਰਦਾ ਕੋਈ ਇਸ ਕਰਕੇ ਅਸੀਂ ਵਿਆਹ ਨਹੀਂ ਕਰਨਾ, ਉਹ ਤਾਂ ਚਲੋ ਕਿਸੇ ਹੱਦ ਤੱਕ ਜਾਇਜ਼ ਆ। ਜਿਹੜੇ ਇਸ ਕਰਕੇ ਅੜਦੇ ਨੇ ਕੁੜੀ ਵਾਲੇ ਕਿ ਨਹੀਂ ਜੀ ਮੁੰਡਾ ਫਲਾਨੀ ਜਾਤ ਦਾ ਕਰਕੇ ਇਸ ਕਰਕੇ ਅਸੀਂ ਵਿਆਹ ਨਹੀਂ ਕਰਨਾ, ਉਹ ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਸੋਚਣ ਦੀ ਲੋੜ ਹੈਗੀ ਆ। ਪਰ ਬਹੁਤ ਸਾਰੀ ਜਗ੍ਹਾ ਅੱਜ ਵੀ ਪੰਜਾਬ ਦੇ ਵਿੱਚ, ਮੈਂ ਆਰਟੀਕਲ ਇੱਕ ਪੜ੍ਹ ਰਿਹਾ ਸੀਗਾ, ਉਹਨਾਂ ਨੇ ਅੰਕੜੇ ਦਿੱਤੇ ਹੋਏ ਸੀ ਵੀ ਅਜੇ ਵੀ ਜਿਹੜੇ ਘਰੋਂ ਭੱਜ ਕੇ ਮੁੰਡੇ ਕੁੜੀਆਂ ਵਿਆਹ ਕਰਾਉਂਦੇ ਤਾਂ ਉਹ ਕਿੰਨੇ ਕੁ ਹੈਗੇ ਨੇ, ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਅਜੇ ਵੀ ਮੁੰਡੇ ਕੁੜੀਆਂ ਐਸੇ ਹੈਗੇ ਜਿਹੜੇ ਘਰੋਂ ਭੱਜ ਕੇ ਵਿਆਹ ਕਰਾਉਂਦੇ ਨੇ। ਵਿਆਹ ਕਰਾਉਣਾ ਕੋਈ ਬੁਰੀ ਗੱਲ ਨਹੀਂ, ਭੱਜ ਕੇ, ਹਾਲਾਂਕਿ ਉਹ ਭੱਜ ਕੇ ਨਹੀਂ ਜਾਂਦੇ ਹੋਣੇ, ਇਹ ਤਾਂ ਹੈ ਨਹੀਂ ਵੀ ਉਹ ਘਰੋਂ ਭੱਜੇ ਤਾਂ ਭੱਜੇ ਜਾਂਦੇ ਕੋਰਟ ਪਹੁੰਚ ਗਏ। ਇੱਕ ਲਫ਼ਜ਼ ਬਣਿਆ ਹੋਇਆ ਘਰੋਂ ਭੱਜ ਕੇ, ਆਰਾਮ ਨਾਲ ਵੀ ਜਾਂਦੇ ਹੋ ਸਕਦੇ ਆ, ਕਈ ਤਾਂ ਘਰੇ ਕਹਿ ਕੇ ਵੀ ਜਾਂਦੇ ਹੋ ਸਕਦੇ ਵੀ ਅਸੀਂ ਤਾਂ ਚੱਲੇ ਹਾਂ, ਵੀ ਤੁਸੀਂ ਕਰ ਲਓ ਜੋ ਕਰਨਾ। ਕੁੜੀ ਜਦੋਂ ਮਾਂ ਬਾਪ ਨੂੰ ਇਹ ਕਹੂਗੀ ਮੈਂ ਤਾਂ ਚੱਲੀ ਹਾਂ ਉਹਦੇ ਨਾਲ, ਮੇਰੀ ਤਾਂ ਪਸੰਦ ਆ, ਤੁਸੀਂ ਕਰ ਲਓ ਜੋ ਕਰਨਾ, ਜਦੋਂ ਉਹ ਕਹੂਗਾ ਤਾਂ ਕੀ ਕਰਨਗੇ? ਕਰਦੇ ਇਹੀ ਕਰਨਗੇ ਨਾ, ਜਾਂ ਆਪ ਮਰਨਗੇ ਜਾਂ ਉਹਨੂੰ ਮਾਰਨਗੇ। ਬਹੁਤ ਸਾਰੇ ਕੇਸਾਂ ਦੇ ਵਿੱਚ ਫਿਰ ਕੁੜੀ ਦੇ ਭਰਾ ਭਰੂ ਜਿਹੜੇ ਉਹ ਮੁੰਡੇ ਵਾਲੇ ਨੂੰ ਮਾਰ ਦਿੰਦੇ ਆ, ਬਹੁਤ ਸਾਰੇ ਕੇਸਾਂ 'ਚ ਕੁੜੀ ਨੂੰ ਹੀ ਮਾਰ ਦਿੰਦੇ ਨੇ ਅਣਖ ਦੀ ਖਾਤਰ। ਖਬਰ ਇਹ ਆਉਂਦੀ ਵੀ ਅਣਖ ਦੀ ਖਾਤਰ ਕਤਲ ਕੀਤਾ, ਇਹ ਨਹੀਂ ਸਮਝ ਆਉਂਦੀ 'ਚ ਅਣਖ ਹੈ ਕਿਹੜੀ ਹੈ। ਦੂਜਾ ਪਾਸਾ ਅਸੀਂ ਦੇਖੀਏ, ਸਿਆਣੇ ਕਹਿੰਦੇ ਵਿਆਹ ਦੋ ਦਿਲਾਂ ਦਾ ਮੇਲ ਹੈ, ਜੇ ਦੋ ਦਿਲਾਂ ਦਾ ਮੇਲ ਹੈ ਤਾਂ ਫਿਰ ਅਸੀਂ ਕਿਉਂ ਉੜਿੱਕਾ ਡਾਉਣੇ ਵਿੱਚ? ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਬ੍ਰੇਕ ਤੋਂ ਬਾਅਦ ਆਪਾਂ ਫਿਰ ਕਾਲਾਂ ਫਟਾਫਟ ਲੈਣੀਆਂ ਸ਼ੁਰੂ ਕਰਾਂਗੇ, ਫਿਲਹਾਲ ਬ੍ਰੇਕ ਜਿਹੜੀ ਹੈ ਉਹ ਲੈਂਦੇ ਹਾਂ। ਗੱਲ ਵਿਸ਼ਾ ਥੋੜ੍ਹਾ ਜਿਹਾ ਟੇਢਾ ਮੈਨੂੰ ਅੱਜ ਲੱਗਿਆ, ਔਰ ਮੈਂ ਵਿਸ਼ਾ ਪਹਿਲੀ ਵਾਰ ਰੱਖਿਆ, ਵਿਆਹਾਂ ਦੀ ਗੱਲ ਤਾਂ ਆਪਾਂ ਬਹੁਤ ਵਾਰੀ ਕਰੀ ਦੀ ਹੈ, ਪਰ ਘਰੋਂ ਭੱਜ ਕੇ ਵਿਆਹ ਕਰਾਉਣ ਵਾਲਿਆਂ ਬਾਰੇ ਜਾਂ ਫਿਰ ਅੰਤਰ ਜਾਤੀ ਵਿਆਹ ਜਿਹੜਾ ਹੈਗਾ, ਇੰਟਰਕਾਸਟ ਮੈਰਿਜ ਆ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਜ਼ਰੂਰ ਆਪਣੇ ਵਿਚਾਰ ਦਿਓ ਕਿ ਇਹਦਾ ਹੱਲ ਹੋ ਸਕਦਾ, ਕੀ ਮਾਪਿਆਂ ਨੂੰ ਕਰਨਾ ਚਾਹੀਦਾ, ਕੀ ਮੁੰਡੇ ਕੁੜੀ ਨੂੰ ਕਰਨਾ ਚਾਹੀਦਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਗੱਲਾਂ ਬਾਤਾਂ ਸਿਲਸਿਲਾ ਸ਼ੁਰੂ ਕਰਦੇ, ਤੁਹਾਡੇ ਨਾਲ ਕਾਲਾਂ ਸਿਲਸਿਲਾ ਸ਼ੁਰੂ ਕਰਦੇ। ਉਸ ਤੋਂ ਪਹਿਲਾਂ ਫਿਰ ਮੈਂ ਇੱਕ ਵਾਰ ਦੱਸ ਦਵਾਂ ਕਿ ਸਾਡੇ ਬਹੁਤ ਸਾਰੇ ਦਰਸ਼ਕ ਕੈਲੀਫੋਰਨੀਆ ਦਾ ਪਤਾ ਪੁੱਛਦੇ ਨੇ, ਕੈਲੀਫੋਰਨੀਆ ਦੇ ਵਿੱਚ ਕਿੱਥੇ ਮਿਲ ਸਕਦੇ ਹੋ? ਕੈਲੀਫੋਰਨੀਆ ਦੇ ਵਿੱਚ ਮੈਨੂੰ ਤੁਸੀਂ ਸੈੱਲ 'ਤੇ ਗੱਲ ਕਰਕੇ ਜਿੱਥੇ ਮਰਜ਼ੀ ਜਿੱਥੇ ਤੁਸੀਂ ਕਹੋਗੇ ਜੀ ਉੱਥੇ ਹਾਜ਼ਰ ਹੋ ਜੂੰਗਾ। ਸਟੂਡੀਓ ਤੁਸੀਂ ਆਉਣਾ ਚਾਹੋ, ਸਟੂਡੀਓ ਵੀ ਤੁਹਾਡਾ ਮੋਸਟ ਵੈਲਕਮ ਹੈ। 209-450-3362 ਗੱਲ ਕਰ ਸਕਦੇ, 209-450-3362। ਵਿਸ਼ਾ ਜਿਹਦਾ ਹੈਗਾ ਜੀ, ਘਰੋਂ ਭੱਜ ਕੇ ਮੁੰਡਾ ਕੁੜੀ ਜੇ ਵਿਆਹ ਕਰਾਉਂਦੇ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਜਾਂ ਜਿਹੜੇ ਬਹੁਤ ਸਾਰੇ ਪੰਗੇ ਇੰਟਰਕਾਸਟ ਮੈਰਿਜ ਦੇ ਪੈਂਦੇ ਨੇ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਕਾਲਾਂ ਸਿਲਸਿਲਾ ਸ਼ੁਰੂ ਕਰਦੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਸੁਰਿੰਦਰ ਸਿੰਘ ਜੀ। ਹੋਰ ਜੱਗੀ ਵੀਰੇ ਕੀ ਹਾਲ ਚਾਲ ਆ? ਕਿਰਪਾ ਜੀ ਕੀ ਕਹਿਣਾ ਚਾਹੁੰਦੇ? ਮੈਂ ਨਾ ਇੱਕ ਆਰਟੀਕਲ ਪੜ੍ਹਿਆ ਤਾਂ ਮੈਨੂੰ ਬੜਾ ਹੋਰ ਤਰ੍ਹਾਂ ਮਹਿਸੂਸ ਹੋਇਆ ਵੀ ਮਾਪਿਆਂ 'ਤੇ ਕੀ, ਕੁੜੀ ਦੇ ਮਾਪਿਆਂ 'ਤੇ ਕੀ ਬੀਤਦੀ ਹੋਏਗੀ ਜਦੋਂ ਇਹ ਸ਼ਬਦ ਸੁਣਨਾ ਪੈਂਦਾ ਵੀ ਘਰੋਂ ਕੁੜੀ ਭੱਜ ਗਈ ਇਹਨਾਂ ਦੀ। ਇਹ ਤਾਂ ਮੁਸ਼ਕਿਲ ਹੀ, ਪਰ ਹੁਣ ਕੀ ਕੀਤਾ ਜਾਵੇ? ਨਵੀਂ ਪੀੜ੍ਹੀ ਨੂੰ ਹੁਣ ਖੁੱਲ੍ਹ ਦੇ ਦਿਓ, ਜਿੱਥੇ ਨੂੰ ਕੋਈ ਜਾਂਦਾ ਜਾਣ ਦਿਓ, ਕਿਸੇ ਨੂੰ ਰੋਕੋ ਹੀ ਨਾ, ਜੋ ਕਰਦੇ ਆ ਕਰ ਦਿਓ, ਆਪੇ ਭੁਗਤਣਗੇ। ਪਰ ਅਸੀਂ ਜਦੋਂ ਫਿਰ ਮੋਹ ਦੇ ਮਰ ਜਾਂਦੇ ਮਾਰੇ, ਨਹੀਂ ਪਹਿਲਾਂ ਨਿਆਣੇ ਕਰ ਲੈਂਦੇ ਆ, ਮਗਰ ਵਿਗੜ ਪੈਂਦਾ ਫਿਰ ਅਸੀਂ ਉਹਨਾਂ ਨੂੰ ਗੱਲ ਲਾ ਲੈਂਦੇ ਹਾਂ। ਮੋਹ ਤੋਂ ਇਲਾਵਾ ਜਿਹੜੀ ਪੰਜਾਬ ਦੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਕੁੜੀ ਵਾਲਿਆਂ ਨੂੰ, ਖਾਸ ਤੌਰ 'ਤੇ ਇਹ ਕਿੱਥੋਂ ਤੱਕ ਜਾਇਜ਼ ਆ ਵੀ ਇਹ ਮੁੰਡਾ ਛੋਟੀ ਜਾਤੀ ਦਾ, ਆਪਣੇ ਬਰਾਬਰ ਦਾ ਨਹੀਂ ਹੈਗਾ। ਬੇਸ਼ੱਕ ਮੁੰਡਾ ਬਹੁਤ ਜ਼ਿਆਦਾ ਕਮਾਉਂਦਾ ਹੋਵੇ, ਬਹੁਤ ਤਕੜੀ ਪੋਸਟ 'ਤੇ ਹੋਵੇ, ਤਾਂ ਇਹ ਪ੍ਰੋਬਲਮ ਆ ਜਾਂਦੀ ਹੈ ਵੀ ਉਹ ਆਪਣੀ ਜਾਤ ਦਾ ਨਹੀਂ, ਆਪਣੇ ਤੋਂ ਛੋਟੀ ਜਾਤੀ ਦਾ। ਉਹਨਾਂ ਨੂੰ, ਮਾਂ ਬਾਪ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ?
ਨਹੀਂ ਹੁਣ ਛੱਡ ਦੇਣੀਆਂ ਚਾਹੀਦੀਆਂ ਗੱਲਾਂ, ਪਰ ਠੀਕ ਆ ਕਰਾ ਲੈਂਦੇ ਬੱਚੇ ਮਗਰੋਂ ਫੇਰ ਪੰਗਾ ਪੈਂਦਾ। ਸਾਡੇ ਇੱਕ ਮੁੰਡਾ ਪਿੰਡ ਭਤੀਜਾ ਨੂੰ ਕਰਾਇਆ ਸੀ, ਹੋਰ ਬਰਾਦਰੀ ਚ ਕੁੜੀ ਸੀਗੀ, ਉਹ ਮੁੜ ਕੇ ਮਾਂ ਪਿਓ ਨੇ ਤਾਂ ਕੁਛ ਕਿਹਾ ਨੀ, ਚਲੋ ਮੁੰਡਾ ਵੀ ਇੱਕ ਹੋ ਗਿਆ, ਮੁੜ ਕੇ ਹੁਣ ਤੁਰ ਤੁਰ ਵਿਛੋੜਾ ਹੋ ਗਿਆ, ਹੁਣ ਮੁੜ ਕੇ ਉਹਨਾਂ ਡਿਵੋਰਸ ਨੀ ਕੀਤਾ, ਹੋਰ ਵਿਆਹ ਕਰਾ ਲਿਆ, ਹੁਣ ਉਹ ਕੇਸ ਹੋਇਆ, ਉਹ ਫਸਿਆ ਫੁਸਿਆ ਫਿਰਦਾ ਆ, ਮਾੜਾ ਜਿਹਾ ਹੋਲਡ ਰੱਖਿਓ, ਏਦਾਂ ਦੀ ਚੱਕਰ ਫਿਰ ਮਾੜਾ ਜਿਹਾ ਹੋਲਡ ਰੱਖਿਓ ਸੁਰਿੰਦਰ ਸਿੰਘ ਜੀ, ਮਾੜਾ ਜਿਹਾ ਹੋਲਡ ਰੱਖਿਓ ਤੁਸੀਂ, ਫਿਰ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਵੈਸੇ ਬਹੁਤ ਕੇਸ ਇਹੋ ਜਿਹੇ ਹੁੰਦੇ ਨੇ ਵੀ ਜਿੰਨੀ ਜਲਦੀ ਨਾਲ ਤਾਹਾਂ ਨੂੰ ਜਾਂਦੇ ਉਨੀ ਜਲਦੀ ਨਾਲ ਥੱਲੇ ਨੂੰ ਆਉਂਦੇ ਆ, ਅਤੇ ਫਿਰ ਵੀ ਜਿਹੜਾ ਘਰੋਂ ਭੱਜ ਕੇ ਵਾਲਾ ਇੱਕ ਲਫ਼ਜ਼ ਹੈ, ਇਹਦੇ ਬਾਰੇ ਸੁਰਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ? ਇਹ ਹੋਣਾ ਤਾਂ ਨਹੀਂ ਚਾਹੀਦਾ, ਹੁਣ ਮਾਂ ਪਿਓ ਨੂੰ ਵੀ ਸਮਝ ਜਾਣਾ ਚਾਹੀਦਾ ਤੇ ਉਹਨਾਂ ਨੂੰ ਵੀ ਵਿਚਾਰ, ਹੁਣ ਬੱਚਿਆਂ ਨੇ ਮੰਨਣਾ ਹੀ ਨਹੀਂ ਤੇ ਉਹਦਾ ਸਹਿਮਤ ਹੋ ਜਾਣਾ ਚਾਹੀਦਾ, ਪਰ ਬੱਚਿਆਂ ਨੂੰ ਵੀ ਕੁਛ ਚਾਹੀਦਾ ਆ, ਥੋੜਾ ਬਹੁਤਾ ਰੱਖਣ, ਪਰ ਹੁਣ ਕੀ ਕੀਤਾ ਜਾਵੇ, ਜਮਾਨਾ ਹੀ ਅੱਗੇ ਇੱਦਾਂ ਦਾ ਆ ਗਿਆ, ਕੋਈ ਕਿਸੇ ਦੀ ਗੱਲ ਸੁਣਦੇ ਨਹੀਂ ਹੈ। ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਐਸੀਆਂ ਦੇਖਦੇ ਆ ਕਿ ਕੁੜੀਆਂ ਆਪਣੇ ਮਾਂ ਬਾਪ ਨੂੰ ਧਮਕੀ ਦਿੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿ ਅਸੀਂ ਤੁਹਾਨੂੰ ਪੁਲਿਸ ਕੋਲੋਂ ਆਹ ਕਰਾ ਦਾਂਗੇ, ਉਹ ਕਰਾ ਦਾਂਗੇ, ਅਤੇ ਮਾਂ ਬਾਪ ਇਹੋ ਜਿਹੇ ਹਾਲਾਤ 'ਚ ਕਿੱਥੇ ਜਾਣ, ਜਾਂ ਮਾਂ ਬਾਪ ਨੂੰ ਕੀ ਕਰਨਾ ਚਾਹੀਦਾ? ਹੁਣ ਤਾਂ ਦੇਖੋ ਬਹੁਤ ਜ਼ਮਾਨਾ ਗਾਂਹ ਚੱਲ ਰਿਹਾ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ, ਪਟਿਆਲੇ ਲੜਕੀ ਨੂੰ ਕੋਈ ਟਿਊਸ਼ਨ ਪੜ੍ਹਾਉਣ ਆਉਂਦਾ ਸੀ, ਉਹਦੇ ਨਾਲ ਰਲ ਕੇ ਉਹਨੂੰ ਸਾਰਾ ਟੱਬਰ ਹੀ ਮਾਰਤਾ ਸੀ, ਜ਼ਹਿਰ ਦੇ ਕੇ ਕੁੜੀ ਨੇ, ਆਪਣਾ ਟੱਬਰ। ਹੁਣ ਇੱਕ ਹੁਸ਼ਿਆਰ, ਹਾਂਜੀ ਆਪਣਾ ਇੱਕ ਹੁਸ਼ਿਆਰਪੁਰ ਹੋਇਆ ਪਿੱਛੇ ਜਿਹਾ, ਇੱਕ ਕੁੜੀ ਸੀਗੀ, ਉਹ ਕਿਸੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਉਹਦਾ ਬਾਪ ਕਹਿੰਦਾ, ਉਹ ਮੰਗੀ ਸੀ ਕਨੇਡਾ, ਉਹਦਾ ਬਾਪ ਕਹਿੰਦਾ ਵੀ ਤੂੰ ਏਦਾਂ ਕਰ ਕਨੇਡਾ, ਇੱਕ ਵਾਰੀ ਫੇਰੀ ਮਾਰਿਆ, ਵੈਸੇ ਏਅਰਪੋਰਟ ਤੋਂ ਮੁੜਿਆ 2 ਦਿਨ ਬਿਨਾਂ ਉੱਥੇ ਰਹੀ, ਤੇ ਮੇਰੀ ਇੱਜ਼ਤ ਬਚ ਜਾਊਗੀ, ਮੇਰੀ ਕੁੜੀ ਗਈ ਸੀ, ਉਹ ਮੁੰਡੇ ਨੇ ਰੱਖੀ ਨੀ ਜਿੱਦਾਂ, ਹੈ ਨਾ, ਏਦਾਂ ਕਰਕੇ ਤੂੰ ਮਾੜੀ ਮਾੜੀ ਇੱਜ਼ਤ ਰਹਿ ਜਾਊ, ਤੂੰ ਵਿਆਹ ਉਸੇ ਮੁੰਡੇ ਨਾਲ ਕਰਾ ਲਈ, ਕੋਈ ਗੱਲ ਨੀ। ਅੱਛਾ, ਪਰ ਉਹ ਕੁੜੀ ਨਹੀਂ ਮੰਨੀ ਜੀ, ਉਹ ਕੁੜੀ ਕੁੱਟਦੀ ਸੀ ਮਾਂ ਪਿਓ ਨੂੰ ਰੋਜ਼, ਫਿਰ ਕੀ ਇੱਕ ਦਿਨ ਹੋਇਆ, ਉਹਨਾਂ ਦਾ ਚਾਚਾ ਕੁੜੀ ਦਾ ਬਾਹਰ ਰਹਿੰਦਾ ਸੀ ਖੇਤਾਂ ਦੇ ਵਿੱਚ ਕੋਠੀ, ਉਹਨੂੰ ਕਿਸੇ ਨੇ ਦੱਸਿਆ ਵੀ ਤੇਰੀ ਭਤੀਜੀ ਕੁੱਟਦੀ ਤੇਰੇ ਭਰਾ ਭਰਜਾਈ ਨੂੰ, ਉਹ ਵਿਚਾਰਾ ਛਡਾਉਣ ਆਇਆ, ਉਹ ਏਦਾਂ ਮਾਰਿਆ ਡੰਡਾ, ਐ ਕੀਤਾ, ਉਹ ਕੁੜੀ ਉਹ ਜੀ ਉਹ ਬੰਦਾ ਮਰ ਗਿਆ ਜਿਹੜਾ ਸੀਗਾ, ਮਾਹੌਲ ਠੀਕ ਸੀ, ਵਧੀਆ ਸੀ, ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸੀ? ਦੇਖੋ ਇੱਕ ਅੱਜ ਤਾਂ ਪਹਿਲਾਂ ਤੋਂ ਹੁੰਦਾ ਆਇਆ, ਇਹ ਗੱਲ ਨੀ ਹੈ, ਜੱਟ ਤੋਂ ਸੰਸਾਰ ਬਣਿਆ ਉੱਤੇ ਹੁੰਦਾ ਆਇਆ ਆ, ਪਰ ਉਦੋਂ ਇੰਨਾ ਨਾ ਸੀ, ਕੋਈ ਕੋਈ ਹੁੰਦਾ ਸੀ, ਉਹ ਦੇਖੋ ਮਿਰਜ਼ਾ ਸਾਹਿਬਾ ਸੱਸੀਆਂ ਦੀਆਂ ਕਹਾਣੀਆਂ ਬਣੀਆਂ, ਹੁੰਦਾ ਤਾਂ ਪਹਿਲਾਂ ਤੋਂ ਥੋੜਾ ਥੋੜਾ ਆਇਆ, ਪਰ ਹੁਣ ਤਾਂ ਹਨੇਰੀ ਆ ਗਈ ਹੈ ਨਾ, ਹੁਣ ਤਾਂ ਬਿਲਕੁਲ ਹੀ ਜਿੱਦਾਂ ਕਹਿੰਦੇ ਤੂਫਾਨ ਹੀ ਆ ਗਿਆ, ਹੁਣ ਤਾਂ ਹਰ ਘਰ 'ਚ ਹੋਣ ਲੱਗ ਪਿਆ ਜੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਬਾਕੀ ਜਿਹੜੀ ਗੱਲ ਹੁੰਦੀ ਜਦੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਚਾਅ ਹੁੰਦਾ ਨਾ ਬੱਚਿਆਂ ਨੂੰ, ਕਹਿੰਦੇ ਭੱਟੀਆਂ ਤੋਂ ਦਾਣੇ ਬਣਾ ਦਾਣੇ, ਮੈਂ ਤਾਂ ਤੇਰੀ ਚਾਕਾਂ ਨਾ ਤੇਰੇ ਦਿਲ ਦੀਆਂ ਰੱਬ ਜਾਣੇ, ਸੜ ਕੇ ਉੱਤੇ ਰਿੜ ਵੱਟਿਆ, ਜਿੰਨੇ ਯਾਰੀ ਨਹੀਂ ਲਾਈ ਉਹਨੇ ਦੁਨੀਆ ਚੋਂ ਕੀ ਕੱਟਿਆ, ਬਾਕੀ ਫੁੱਲ ਪੈ ਖਿੜਦੇ ਨੇ ਲਾ ਕੇ ਨਿਭਾਉਣ ਵਾਲੇ ਬੜੀ ਮੁਸ਼ਕਲ ਨਾਲ ਮਿਲਦੇ ਨੇ, ਜਾਂ ਕੀ ਲਾ ਕੇ ਨਿਭਾਉਣ ਵਾਲੇ ਬੜੀ ਮੁਸ਼ਕਲ ਨਾਲ ਮਿਲਦੇ ਨੇ। ਬਹੁਤ ਮਿਹਰਬਾਨੀ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜੱਗੀ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਵਾਹ ਜੀ ਵਾਹ। ਸਭ ਤੋਂ ਪਹਿਲਾਂ ਜਿਹੜਾ ਹੁਣ ਤੁਹਾਡਾ ਮੁੱਦਾ ਚੱਲਦਾ ਜੀ, ਇਹਦੇ ਵਿੱਚ ਰੋਟੀ ਗਰਮ ਤੇ ਬੋਟੀ ਨਰਮ ਕਰਮ ਵਾਲਿਆਂ ਨੂੰ ਮਿਲਦੀ ਹੈ। ਬੋਟੀ ਨਰਮ ਮਿਲੇਗੀ ਤੇ ਰੋਟੀ ਗਰਮ ਮਿਲ ਸਕਦੀ ਹੈ। ਬਿਲਕੁਲ ਬਿਲਕੁਲ ਜੀ। ਹੁਣ ਜਿਹੜਾ ਤੁਸੀਂ ਕਹਿੰਦੇ ਆ ਵੀ ਭੱਜ ਕੇ ਚਲੇ ਗਏ ਤੇ ਹੌਲੀ ਵੀ ਜਾਣ ਤਾਂ ਵੀ ਉਹਨੇ ਵਿਆਹ ਕਰਾ ਲੈਣਾ, ਇਹ ਮਾਂ ਪੇ ਬੇਵਕੂਫੀ ਹੈ ਇਹਨਾਂ ਦੀ, ਇਹਨਾਂ ਦੀ ਨਿਆਣਿਆਂ ਦੀ ਪੰਗਾ ਪਾਉਣੇ ਜਦੋਂ ਉਹਦਾ ਦਿਲ ਮਿਲੇ ਹੋਏ ਆ। ਇਹ ਹੁਣ ਆਪਣੀ ਪੀੜ੍ਹੀ ਆ ਜਿਹੜੀ ਦੇਖਦੀ ਆ, ਜਿਹੜੇ ਆਪਣੇ ਬਾਅਦ ਹੋਣੇ ਆ ਉਹਨਾਂ ਨੂੰ ਕਿਸੇ ਨੀ ਕਿਸੇ ਕੇਅਰ ਕਰਨੀ, ਜਿੱਥੇ ਮਰਜ਼ੀ ਕੋਈ ਵਿਆਹ ਕਰਾਵੇ, ਜਿੱਥੇ ਮਰਜ਼ੀ ਕੋਈ ਰਹੇ। ਨਹੀਂ ਹੁਣ ਵੀ ਹੈ ਆਪਣੇ ਇੱਥੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਕੁੜੀਆਂ ਨੇ ਗੋਰਿਆਂ ਨੇ ਵਿਆਹ ਕਰਾਏ ਆ। ਇਹ ਵੀ ਹਲੇ ਸਾਡੇ ਹੈਗੇ ਪੁਰਾਣੇ ਕਹਿੰਦੇ, ਉਹ ਪਹਿਲਾਂ ਅਸੀਂ ਵੀ ਹਲੇ ਥੋੜੇ 2 ਸਾਲ ਹੋਏ ਆ, ਪਹਿਲਾਂ ਕਹਿਣਾ ਉਹ ਜਦੋਂ ਪਹਿਲਾਂ ਹੀ ਗੱਲਬਾਤ ਸੀਗੀ, ਹੁਣ ਕੋਈ ਨੀ ਕੇਅਰ ਕਰਦਾ ਕਿੱਥੇ ਵੀ ਹੈਗਾ ਸਾਡੇ। ਇੱਕ ਜੇ ਕਹਿ ਦਿੱਤਾ ਨਿਆਣਿਆਂ ਨੂੰ ਵੀ ਤੁਸੀਂ ਆਪਣੇ ਇੰਡੀਅਨ ਨਾਲ ਵਿਆਹ ਕਰਾ ਲਓ, ਉਹਨਾਂ ਆਪਣੇ ਘੁਮਾਰ ਜਾਤੀ ਨਾਲ ਕਰਾ ਲਿਆ, ਉਹ ਕਹਿੰਦੇ ਹੈ ਤਾਂ ਇੰਡੀਅਨ ਹੀ ਹੈ, ਚਲੋ ਇਹਨਾਂ ਦਾ ਕੋਈ ਫਰਕ ਨੀ। ਇਹ ਕਾਫੀ ਅਜੇ ਪੰਜਾਬ ਚ ਕਾਫੀ ਚੱਲਦਾ, ਬਾਹਰਲੇ ਮੁਲਕਾਂ ਚ ਇਹ ਚੀਜ਼ ਘਟ ਗਈ ਹੈ ਸ਼ਾਇਦ, ਪੰਜਾਬ ਦੇ ਮੁਲਕ ਚ ਹੁਣ ਹਲੇ ਬੈਠੇ ਆ ਬਜ਼ੁਰਗ ਜਿਹੜੇ ਉਹ ਕਰਦੇ ਆ ਵੀ। ਨਹੀਂ ਪੰਜਾਬ ਦੇ ਵਿੱਚ ਇੱਧਰ ਬਾਹਰਲੇ ਮੁਲਕ ਚ ਕਿਸੇ ਤਾਨਾ ਨੀ ਨਾ ਮਾਰਨਾ, ਬਾਕੀ
ਬਾਕੀ ਇਹ ਗੱਲ ਆ, ਦੂਜੇ ਜਿਹੜੇ ਹੁਣ ਇਹ ਕਹਿੰਦੇ ਆ ਵੀ ਉਹ ਕਈਆਂ ਦੇ ਹੋਏ ਆ ਇੱਥੇ ਚਲੇ ਗਏ ਦੌੜ ਕੇ ਵੀ ਆ ਗਏ ਮਗਰੋਂ, ਬੜੇ ਸੋਹਣੇ ਉਹਨਾਂ ਨੇ ਵਰਤਣ ਲੱਗ ਪਏ ਆ ਮਗਰੋਂ ਵਰਤਣ ਲੱਗ ਪੈਂਦੇ। ਠੀਕ ਹੈ, ਆਹੋ ਏਦਾਂ ਹੀ ਕਰਦੇ ਹੁਣ ਕੀ ਕਰਨਗੇ ਇਹਨਾਂ ਨੂੰ। ਚਲੋ ਮਿਹਰਬਾਨੀ ਸਰ, ਬਹੁਤ ਬਹੁਤ ਤੁਹਾਡੀ। ਓਕੇ ਮਿਹਰਬਾਨੀ ਜੀ। ਚਲੋ ਜੀ, ਗੱਲਾਂ ਬਾਤਾਂ ਸਿਲਸਿਲਾ ਜਿਹੜਾ ਉਹ ਤਕਰੀਬਨ ਕਾਫੀ ਸ਼ੁਰੂ ਹੋ ਚੁੱਕਾ ਤੇ ਹੈਲੋ ਹੈਲੋ ਹਾਂਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਜੀ। ਹਾਂਜੀ ਸਰ, ਬਹੁਤ ਬਹੁਤ ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ ਤੁਹਾਡੇ? ਮੇਰੇ ਸਵਾਗਤ ਲਈ ਧੰਨਵਾਦ। ਮੈਂ ਤੇ ਇਹਨਾਂ ਕਹਾਂਗਾ ਕਿ ਜਿਹੜੇ ਇਹਦੇ ਕੰਮਾਂ ਦੇ ਵਿੱਚ ਨਾ ਜੱਗੀ, ਜਿਵੇਂ ਜੱਗੀ ਜੀ ਦੇ ਜਲਵੇ ਨੇ, ਇਹਦਾ ਦੇ ਸੱਸਾਂ ਦੇ ਜਿਹੜੇ ਜਲਵੇ ਨੇ ਨਾ, ਇਹ ਕੰਟਰੋਲ ਹੋਣੇ ਚਾਹੀਦੇ ਨੇ। ਨਹੀਂ, ਪਹਿਲਾਂ ਤਾਂ ਮਾਂ ਬਾਪ ਦੀ ਗੱਲ ਆ ਗਈ ਨਾ, ਮਾੜਾ ਜਿਹਾ ਹੋਲਡ ਰੱਖਿਓ ਮਾੜਾ, ਮੈਂ ਤੁਹਾਡਾ ਫੋਨ ਇੱਕ ਮਿੰਟ ਇੱਕ ਸਕਿੰਟ ਵਾਸਤੇ ਹੋਲਡ ਕਰਦਾ ਤੁਹਾਡਾ ਫੋਨ। ਪਹਿਲਾਂ ਤਾਂ ਆਪਣੀ ਜਿਹੜੀ ਗੱਲਬਾਤ ਚੱਲਦੀ ਸਰਦਾਰ ਸਾਹਿਬ, ਉਹ ਇਹ ਹੈ ਕਿ ਜਿਹੜੇ ਮਾਂ ਬਾਪ ਅੜ ਜਾਂਦੇ ਨੇ ਤਾਂ ਉਹਦੇ ਅੰਜਾਮ ਬਹੁਤ ਭੈੜੇ ਨਿਕਲਦੇ, ਬਹੁਤ ਦੁਖਦਾਈ ਨਿਕਲਦੇ ਆ। ਫਿਰ ਦੂਜਾ, ਮੁੰਡਾ ਕੁੜੀ ਘਰੋਂ ਭੱਜ ਕੇ ਜਦੋਂ ਵਿਆਹ ਕਰਾਉਂਦੇ ਤਾਂ ਕੁੜੀ ਵਾਲਿਆਂ ਵਾਸਤੇ ਬਹੁਤ ਔਖਾ ਹੋ ਜਾਂਦਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਅੰਤਰ ਜਾਤੀ ਵਿਆਹ ਤਾਂ ਇਹੋ ਜਿਹੀ ਪ੍ਰੋਬਲਮ ਆਉਂਦੀ ਜ਼ਿਆਦਾ। ਦੇਖੋ, ਮੈਂ ਥੋੜ੍ਹਾ ਜਿਹਾ ਤੁਹਾਡੇ ਟੌਪਿਕ ਤੋਂ ਹਟ ਕੇ ਨਾ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ ਜੀ। ਮੈਂ ਕੈਲੀਫੋਰਨੀਆ ਤੋਂ ਬੋਲਿਆ, ਸਾਡੇ ਪ੍ਰੈਜ਼ੀਡੈਂਟ ਸਾਹਿਬ ਹੋ ਰਹੇ ਟਰੂਮੈਨ ਸਾਹਿਬ। ਅੱਛਾ ਜੀ। ਉਹਨਾਂ ਦੀ ਸੱਸ ਮੰਨਦੀ ਨਹੀਂ ਸੀ ਕਿ ਮੇਰੀ ਕੁੜੀ ਨਾਲ ਵਿਆਹ ਕਰਾ ਲੈ। ਅੱਛਾ। ਟਰੂਮੈਨ ਸਾਹਿਬ ਸਾਡੇ 1945 ਤੋਂ 53 ਤੱਕ, ਤੁਸੀਂ ਸਾਰਿਆਂ ਨੂੰ ਪਤਾ ਕਿ ਉਹ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ। ਜੀ ਜੀ। ਉਹ ਨਹੀਂ ਮੰਨਦੀ, ਉਹ ਜਦੋਂ ਪ੍ਰੈਜ਼ੀਡੈਂਟ ਵੀ ਉਹ ਗਰੀਬ ਆਦਮੀ ਸੀ ਵਿਚਾਰਾ, ਇੰਨਾ ਅਮੀਰ ਨਹੀਂ ਸੀ, ਮੇਰੀ ਧੀ ਦੇ ਕਾਬਲ ਨਹੀਂ ਸੀ। ਮੈਂ ਤੈਨੂੰ ਧੀ ਨੂੰ ਕਿਹਾ ਸੀ ਤੂੰ ਇਹ ਤੇਰੇ ਕਾਬਲ ਨਹੀਂ ਹੈਗਾ, ਤੂੰ ਬਹੁਤ ਮਾਣ ਹੈ, ਤੂੰ ਇਹਦੇ ਨਾਲ ਨਾ ਵਿਆਹ ਕਰਾ। ਅੱਛਾ, ਕੈਸੀ ਗੱਲ ਹੈ ਅਖੀਰ। ਅੱਛਾ, ਫਿਰ ਹੋਰ ਦੇਖੋ, ਜਦੋਂ ਰਿਟਾਇਰ ਹੋਏ ਤੇ ਰਿਟਾਇਰ ਹੋ ਕੇ ਉਸ ਵਿਚਾਰਾ ਮਹਾਦਰ ਸਾਥੀ ਸੀ, ਉਸ ਤਰ੍ਹਾਂ ਸਾਡੇ ਥਰੂ ਪ੍ਰੈਜ਼ੀਡੈਂਟ ਸਾਹਿਬ ਅਮੀਰ ਨਹੀਂ ਸਨ, ਉਹਨੂੰ ਸੱਸ ਦੇ ਘਰ ਦੇ ਵਿੱਚ ਰਿਟਾਇਰ ਹੋ ਕੇ ਵਾਈਟ ਹਾਊਸ ਤੋਂ ਉੱਥੇ ਸ਼ਿਫਟ ਕਰਨਾ ਪਿਆ। ਅੱਛਾ। ਤੇ ਉਸ ਤੋਂ ਬਾਅਦ ਇੱਕ ਹਿਸਟੋਰੀਕਲ ਜਿਹੜੀ ਚੀਜ਼ ਹੈ, ਉਸ ਤੋਂ ਬਾਅਦ 53 ਤੋਂ ਬਾਅਦ ਸਾਰੇ ਅਮੈਰੀਕਨ ਪ੍ਰੈਜ਼ੀਡੈਂਟ ਦੀ ਪੈਨਸ਼ਨ ਲੱਗਣੀ ਸ਼ੁਰੂ ਹੋ ਗਈ। ਅੱਛਾ, ਉਦੋਂ ਬਾਅਦ ਲੱਗੀ ਸ਼ੁਰੂ ਹੋਈ ਹੈ। ਬਿਲਕੁਲ, ਬਹੁਤ ਵਧੀਆ ਪੜਿਆ ਜਾਣਕਾਰੀ। ਉਹਦੇ ਦੀ ਆਟੋਬਾਇਓਗ੍ਰਾਫੀ ਸ਼ੇਅਰ ਕੀਤੀ ਹੈ, ਆਈ ਹੋਪ ਕੁੜੀ ਦਾ ਵਿਆਹ ਨਹੀਂ ਕਰਨਾ ਤੇ ਕੀ ਹੋ ਸਕਦਾ। ਸੋ ਇਹ ਇੱਕ ਫਿਰ ਉਹੀ ਗੱਲ ਆ ਗਈ ਵੀ ਜਦੋਂ ਕਹਿੰਦੇ ਪ੍ਰੈਜ਼ੀਡੈਂਟ ਬਣਿਆ ਇਹਨਾਂ ਦੇ ਕਹਿਣ ਮੁਤਾਬਕ, ਉਦੋਂ ਵੀ ਨਹੀਂ ਮੰਨੀ, ਇਹਦਾ ਮਤਲਬ ਇੱਕ ਈਗੋ ਪ੍ਰੋਬਲਮ ਆ ਜਾਂਦੀ ਹੈ ਵੀ ਮੈਂ ਨਾ ਕਰਤੀ ਤੇ ਕਰਤੀ, ਬਸ ਮੈਂ ਨਾ ਕਰਤੀ ਤੇ ਕਰਤੀ, ਦੁਨੀਆ ਦੀ ਕੋਈ ਤਾਕਤ ਨਹੀਂ। ਅਮਿਤ ਸ਼ਾਹ ਹੁਣ ਕਹਿੰਦਾ ਮੈਂ ਹਾਂ ਕਰਤੀ ਵੀ ਸੀ, ਇਹ ਲਾਗੇ ਹੋਊਗਾ ਤਾਂ ਹੋਊਗਾ, ਦੁਨੀਆਂ ਦੀ ਕੋਈ ਤਾਕਤ ਨਹੀਂ ਹਿਲਾ ਸਕਦੀ। ਇਹੀ ਵੀ ਕਈ ਵਾਰੀ ਮੁੰਡੇ ਕੁੜੀਆਂ ਦੇ ਮਾਂ ਪਿਓ ਕਰ ਦਿੰਦੇ, ਅੱਧੀਆਂ ਤਾਂ ਮਾਵਾਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੀਆਂ। ਚੰਗੀ ਭਲੀ ਕੁੜੀ ਦਾ ਵਿਆਹ ਹੋਇਆ ਹੁੰਦਾ, ਚੰਗਾ ਭਲਾ ਉਹਨਾਂ ਦਾ ਪਰਿਵਾਰ ਹੁੰਦਾ, ਉਹ ਆ ਕੇ ਉੱਥੇ ਆ ਨਹੀਂ ਕਰਨਾ, ਤੂੰ ਉਹ ਨਹੀਂ ਕਰਨਾ, ਤੂੰ ਇਹਨੂੰ ਐਂ ਕਿਹਾ, ਤੂੰ ਫਲਾਨੇ ਦੀ ਗੱਲ ਇੱਦਾਂ ਕੋਈ ਸੁਣਦੀ ਆ, ਅੱਧੇ ਵਾਰ ਤਾਂ ਆਹ ਪੰਗੇ ਪਾਉਂਦੀਆਂ। ਮਾਵਾਂ ਪਾਉਂਦੀਆਂ ਨੇ ਪੰਗੇ, ਮਾਵਾਂ ਵੀ ਐਸੀ ਗੱਲ ਨਹੀਂ ਹੈਗੀਆਂ, ਹਾਲਾਂਕਿ ਉਹ ਆਪਣਾ ਕੁੜੀ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦੀਆਂ। ਆਪਾਂ ਗੱਲ ਕਰਦੇ ਹਾਂ ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਮੁੰਡੇ ਕੁੜੀ ਦੀ, ਖਾਸ ਤੌਰ 'ਤੇ ਇੰਟਰਕਾਸਟ ਜਿਹੜੀ ਮੈਰਿਜ ਹੁੰਦੀ ਹੈ ਉਹਨੂੰ ਕੀ ਕਹਿਣਾ ਚਾਹੁੰਦੇ ਹੋ? ਭੱਜਣ ਵਾਲਿਆਂ ਨੂੰ ਵੀ ਅਤੇ ਜਿਹੜੇ ਘਰਦੇ ਨੇ ਕੁੜੀ ਮੁੰਡੇ ਦੇ ਮਾਂ ਬਾਪ ਨੇ ਉਹਨਾਂ ਨੂੰ ਵੀ ਕੀ ਕਹਿਣਾ ਚਾਹੁੰਦੇ ਹੋ? ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੇ ਜਸ ਪੰਜਾਬੀ। ਹਾਜ਼ਰ ਹਾਂ ਜੀ, ਬ੍ਰੇਕ ਤੋਂ ਬਾਅਦ ਤਾਂ ਫਟਾਫਟ ਚੱਲਦੇ ਹਾਂ ਕਾਲਾਂ ਵੱਲ, ਜਾਣਦੇ ਹਾਂ ਤੁਹਾਡੇ ਵਿਚਾਰ, ਕੀ ਵਿਚਾਰ ਪੇਸ਼ ਕਰਨਾ ਚਾਹੁੰਦੇ ਤੁਸੀਂ? ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜਗਜੀਤ ਸਾਹਿਬ ਜੀ। ਸਤਿ ਸ਼੍ਰੀ ਅਕਾਲ ਸਰ, ਕੌਣ ਬੋਲਦਾ ਜੀ, ਕਿੱਥੋਂ? ਗੁਰਦੀਪ ਸਿੰਘ ਸੰਦਰ ਬੋਲਦਾ। ਉਹ ਸੰਦਰ ਸਾਹਿਬ, ਅੱਛਾ, ਫਿਰ ਕਾਫੀ ਦੇਰ ਬਾਅਦ ਫੋਨ ਕਰੋਗੇ ਤਾਂ ਜੀ ਫਿਰ ਪਛਾਣ ਔਖੀ ਹੋ ਜਾਂਦੀ। ਹਾਂਜੀ, ਗੱਲ ਆ ਬਈ, ਜਿਹੜੀਆਂ ਆਪਾਂ ਤੁਸੀਂ ਦੇਖੋ ਇੰਨੇ ਪ੍ਰੋਗਰਾਮ ਕਰਦੇ ਆ, ਹੋਰ ਕਿੰਨੇ ਪ੍ਰੋਗਰਾਮ ਆਉਂਦੇ ਆ, ਸਾਰੇ ਤਾਂ ਪ੍ਰੋਗਰਾਮਾਂ ਦੇ ਵਿੱਚ ਇਹੀ ਮੇਨ ਹੁੰਦਾ ਵੀ ਆਪਣੀਆਂ ਜਿਹੜੀਆਂ ਸਮਾਜਿਕ ਬੁਰਾਈਆਂ ਆ, ਜਾਂ ਅਸੀਂ ਪੜ੍ਹਦੇ ਸੀ ਉਦੋਂ ਵੀ ਵਹਿਮ ਜਾਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੇ ਜ਼ਿਆਦਾ ਲੇਖ ਲੁਖ ਪੜ੍ਹਦੇ ਹੁੰਦੇ ਸੀ, ਤੇ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਸਮਾਜ ਦੇ ਵਿੱਚ ਹੈਗੀਆਂ ਉਹਨਾਂ ਨੂੰ ਦੂਰ ਤੱਕ ਕਰਨਾ ਪਏਗਾ, ਸਟੈਪ ਤਾਂ ਲੈਣਾ ਪਏਗਾ। ਜਦ ਟੈਕਨੋਲੋਜੀ ਮਕੈਨੀਕਲੀ ਦੁਨੀਆਂ ਸਾਰੀ ਸਾਊਂਡ ਹੋ ਰਹੀ ਆ, ਤੇ ਆਪਾਂ ਇਹਨਾਂ ਪਿਛਾ ਲੱਗੂ ਗੱਲਾਂ ਨੂੰ ਛੱਡਣਾ ਹੋਗਾ। ਬਾਕੀ ਜ਼ਿਆਦਾ ਦੋਸ਼ ਮੇਰੇ ਹਿਸਾਬ ਨਾਲ ਮਾਪਿਆਂ ਦਾ ਹੁੰਦਾ ਆ, ਉਹੀ ਜਾਤ ਪਾਤ ਤੇ ਧਨ ਦੌਲਤ ਦੇ ਤਰਾਜੂ ਉੱਪਰ ਆਪਣੇ ਬੱਚਿਆਂ ਦੇ ਪਿਆਰ ਦੀ ਕਦਰ ਨਹੀਂ ਕਰਦੇ। ਮੈਂ ਬਹੁਤ ਗਿਣਤੀ ਇਹ ਦੇਖੀ। ਅੱਛਾ ਸਦਰ ਸਾਹਿਬ, ਇੱਕ ਦੋ ਕੇਸ ਐਸੇ ਵੀ ਹੋਏ ਨੇ
ਕਿ ਨਿਆਣਿਆਂ ਨੇ ਘਰੇ ਗੱਲ ਕੀਤੀ ਨਹੀਂ ਡਰਦੇ ਮਾਰੇ ਵੀ ਸਾਡੇ ਘਰਦਿਆਂ ਨੇ ਮੰਨਣਾ ਨਹੀਂ, ਪਹਿਲਾਂ ਹੀ ਭੱਜ ਗਏ। ਗਲਤ ਕਰਕੇ ਦੇਖ ਲਓ ਪਤੰਦਰੋ ਪਹਿਲਾਂ। ਮੈਂ ਮੰਨਦਾ ਤੁਹਾਡੀ ਗੱਲ, ਉਹ ਵੀ ਗੱਲ, ਉੱਥੇ ਵੀ ਆਊਂਗਾ, ਪਰ ਜ਼ਿਆਦਾਤਰ ਜੋ ਮੈਂ ਦੇਖਿਆ ਉਹ ਕੋਈ ਬਿਰਲਾ ਬਾਂਝਾ ਕੇਸ ਹੈ। ਕੋਈ ਬੱਚਾ ਛੇਤੀ ਕੀਤੇ ਮਾਂ ਬਾਪ ਨੂੰ ਦੱਸੇ ਬਗੈਰ ਭੱਜਣਾ ਨਹੀਂ ਚਾਹੁੰਦਾ, ਜਾਂ ਤਾਂ ਉਹ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਮਾਂ ਬਾਪ ਨੇ ਮੰਨਣਾ ਹੀ ਨਹੀਂ, ਉਦਾਂ ਦਾ ਇੰਪਰੈਸ਼ਨ ਪਿਆ ਹੁੰਦਾ ਉਹਨਾਂ ਦੇ ਦਿਮਾਗ ਦੇ ਉੱਤੇ, ਤਾਂ ਉਹ ਕਰਦੇ ਆ, ਨਹੀਂ ਤਾਂ ਕੋਈ ਬੱਚਾ ਨਹੀਂ ਕਰਦਾ। ਬਾਕੀ ਜਾਤ ਪਾਤ ਤੇ ਧਨ ਦੌਲਤ ਕੌਣ ਦੇਖਦਾ ਹੈ, ਬੱਚਿਆਂ ਨੂੰ ਜਿਹੜੀ ਪਿਆਰ ਕੀਤਾ ਉਹ ਨੀ ਪਰਵਾਹ ਕਰਦੇ ਇਹ ਗੱਲ ਦੀ, ਇਹ ਮਾਂ ਬਾਪ ਹੀ ਰੋੜਾ ਅਟਕਾਉਂਦੇ ਆ, ਇਹਦਾ ਮਤਲਬ ਸਮਾਜਿਕ ਦੋਸ਼ ਜਿਹੜੇ ਇਹਨਾਂ ਨੂੰ ਦੂਰ ਕਰਨਾ ਹੀ ਨੀ ਚਾਹੁੰਦੇ। ਸਾਡੇ ਸਭ ਤੋਂ ਵੱਡੀ ਸਮੱਸਿਆ ਸੁੰਦਰ ਸਾਹਿਬ ਕੁੜੀਆਂ ਨੂੰ ਆਉਂਦੀ ਆ, ਉਹ ਵੀ ਪੜ੍ਹੀਆਂ ਲਿਖੀਆਂ ਕੁੜੀਆਂ ਆਉਂਦੀਆਂ ਤੇ ਪੜ੍ਹੀਆਂ ਲਿਖੀ ਕੁੜੀ ਆਪਣੇ ਮਨਪਸੰਦ ਵਿਆਹ ਕਰਾਉਣਾ ਚਾਹੁੰਦੀ ਹੈ, ਤਾਂ ਫਿਰ ਘਰਦਿਆਂ ਨੂੰ ਇਹ ਹੋ ਜਾਂਦਾ ਵੀ ਅਸੀਂ ਪਿੰਡ ਦੇ ਸਰਦਾਰ ਏਡੇ ਵੱਡੇ ਤੇ ਹੁਣ ਆਹ ਗੱਲ ਸੁਣਨੀ ਪਊ ਸਾਨੂੰ ਕੱਲ ਨੂੰ, ਸਾਡੀ ਕੁੜੀ ਫਲਾਨਿਆਂ ਦੇ ਮੁੰਡੇ ਨਾਲ ਭੱਜ ਗਈ, ਉਹ ਸਮਾਜਿਕ ਵਿਆਹ ਕਰਾ ਲਿਆ ਉਹਨਾਂ। ਜਾਤ ਪਾਤ ਧਨ ਦੌਲਤ ਇਹ ਸਾਰੇ ਸਾਡੇ ਗੁਰੂਆਂ ਨੇ ਵੀ ਕਿਹਾ, ਫਿਰ ਅਸੀਂ ਗੁਰੂਆਂ ਦੀ ਇੱਜ਼ਤ ਕਿੱਥੇ ਕਰਦੇ? ਹਾਂ, ਲਿਆਕਤ ਜ਼ਰੂਰ ਕਿੱਥੇ ਵੀ ਬਣਦੀ ਆ, ਜੇ ਕੋਈ ਕਮਾ ਕਮੀ ਪੇਸ਼ ਪਤਾ ਲੱਗਦੀ ਆ ਤਾਂ ਬੱਚਿਆਂ ਨਾਲ ਸ਼ੇਅਰ ਕਰੋ ਵੀ ਮੈਨੂੰ ਆਹ ਖਬਰ ਪਿੱਤੋਂ ਲੱਗੀ ਆ, ਵੀ ਬੇਟੀ ਤੂੰ ਆਪਣਾ ਪਤਾ ਕਰ ਲਾ ਵੀ ਏਦਾਂ ਉਹ ਇਸ ਪੱਖੋਂ ਆਉਣਾ ਤਾਂ ਨੀ ਕੁਛ ਜਾਂ ਮੈਨੂੰ, ਪਰ ਜੇ ਉਹ ਠੀਕ ਆ ਤਾਂ ਉਹਨਾਂ ਦੇ ਨਾਲ ਬੱਚਿਆਂ ਨਾਲ ਸਹਿਯੋਗ ਪਾ ਕੇ ਵਿਆਹ ਕਰਾਓ। ਬੱਚਿਆਂ ਨੂੰ ਵੀ ਇਹ ਚਾਹੀਦਾ ਆ ਆਪਣੇ ਮਾਪਿਆਂ ਨੂੰ ਕਿਵੇਂ ਦਲੀਲਾਂ ਦੇ ਕੇ ਉਹਨਾਂ ਨੂੰ ਮਨਾਈਏ ਕਿ ਦੇਖੋ ਉਹਦੇ ਚ ਆਹ ਗੋਣਾ ਆਹ ਗੋਣਾ ਆਹ ਗੋਣਾ ਆਹ ਗੋਣਾ, ਜੇ ਚਲੋ ਸਾਡੀ ਦਾਤ ਬਰਾਦਰੀ ਦਾ ਨਹੀਂ ਹੈ, ਨਾ ਕੋਈ ਨਸ਼ਾ ਕਰਦਾ ਨਾ ਕੁਛ ਕਰਦਾ, ਉਹ ਵਧੀਆ ਦਲੀਲਾਂ ਵਧੀਆ, ਕੁੜੀ ਨੂੰ ਵੀ ਚੰਗਾ ਸੋਚਣਾ ਪਏਗਾ, ਮਿਹਰਬਾਨੀ, ਯਾਨੀ ਦੋਨੋਂ ਪਾਸਿਆਂ ਤੋਂ ਤਾਲੀ ਵੱਜਣੀ ਆ, ਇੱਕ ਪਾਸੇ ਤੋਂ ਨਹੀਂ ਪਰ ਮਾਪਿਆਂ ਦਾ ਕਸੂਰ ਥੋੜਾ ਜਿਹਾ ਜ਼ਿਆਦਾ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਾਹ ਗਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਵਿਚਾਰ ਨੇ ਜੀ? ਵਿਚਾਰ ਦੇਖੋ ਜੀ, ਜੇ ਸ਼ੁਰੂ ਤੋਂ ਗੱਲ ਕਰੀਏ ਤਾਂ ਜਦੋਂ ਸਾਡਾ ਵਿਆਹ 51 ਚ ਹੋਇਆ, ਉਦੋਂ ਤਾਂ ਕੁੜੀ ਦੇ ਅਸੀਂ ਕੁੜੀ ਨੂੰ ਦੇਖਣ ਦਾ ਰਿਵਾਜ ਹੀ ਨਹੀਂ ਸੀਗਾ, ਰਿਵਾਜ ਨਹੀਂ ਸੀ ਕੁੜੀ ਮੁੰਡੇ ਨੂੰ। ਹਾਂਜੀ, ਸਿਰਫ ਕੁੜੀ ਵਾਲੇ ਮੁੰਡਾ ਚੰਗਾ ਸਮਾਂ ਸੀ, ਕੁੜੀ ਵਾਲੇ ਮੁੰਡਾ ਦੇਖਣ ਆਉਂਦੇ ਸੀਗੇ, ਮੁੰਡੇ ਨੂੰ ਦੇਖਦੇ ਸੀ, ਮੁੰਡੇ ਦਾ ਮੈਚ ਦੇਖਦੇ ਸੀ ਆਪਣੀ ਧੀ ਨਾਲ, ਤੇ ਮੁੰਡੇ ਦਾ ਸਟੈਂਡਰਡ ਬਰਾਬਰ ਦਾ ਵੀ ਸਾਡੇ ਬਰਾਬਰ ਦੇ ਆ ਕਾਰੋਬਾਰ, ਤੇ ਮੁੰਡੇ ਕਰਦੇ ਨੇ ਪੜ੍ਹਦੇ ਪੁੜਦੇ, ਸਾਡਾ 9ਵੀਂ ਪੜ੍ਹਦੇ ਚ, 9ਵੀਂ ਚ ਪੜ੍ਹਦੇ ਦਾ ਹੋ ਗਿਆ ਸੀ, ਕੀ ਪਤਾ ਸੀ ਕੀ ਗੱਲ ਨੂੰ ਪੜ੍ਹਨਾ ਮੈਂ, ਠੀਕ ਨਹੀਂ, ਖਾਨਦਾਨੀ ਦੇਖ ਕੇ ਕਰ ਦਿੰਦੇ ਸੀ, ਠੀਕ ਨੇ, ਬਿੱਲੀ ਬੜੈਚ ਤੁਹਾਡੇ ਲਾਗੇ ਜੀ ਹੋਇਆ, ਕਾਨਪੁਰ ਢੱਡਿਆਂ ਦੇ ਨਾਲ ਹੀ ਆ ਜੀ, ਤੇ ਤੇ ਸੋ ਏਦਾਂ ਕਰਕੇ ਸਮਾਂ ਬਦਲਦਾ ਬਦਲਦਾ ਹੌਲੀ ਹੌਲੀ ਨਾ, ਫਿਰ ਇੱਕ ਇਹ ਗੱਲ ਸੀ ਜੱਗੀ, ਉਦੋਂ ਪੜ੍ਹਾਈ ਘੱਟ ਸੀਗੀ ਮੁੰਡੇ ਕੁੜੀਆਂ ਦੀ, ਹੈ, ਤੇ ਹੁਣ ਜਿਵੇਂ 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 ਸਮਾਂ ਬਦਲੀ ਗਿਆ ਪੜ੍ਹਾਈਆਂ ਹੋਣ ਲੱਗ ਪਈਆਂ, ਬਹੁਤ ਮੁੰਡੇ ਨਹੀਂ, ਪਿਆਰ ਦੀ ਗੱਲ ਕਰੀਏ ਤਾਂ ਜਦੋਂ ਬਾਹਰ ਕੁੜੀ ਮੁੰਡਾ ਰਹਿੰਦਾ ਤੇ ਪਿਆਰ ਤਾਂ ਉੱਥੇ ਹੀ ਹੋਣਾ ਨਾ ਜੀ, ਜਦੋਂ ਹਾਂ ਮੈਂ ਦੱਸਣ ਲੱਗਾ ਤੁਹਾਨੂੰ ਵੀ ਪਹਿਲੇ ਕੁੜੀਆਂ ਕਿੱਥੇ ਪੜ੍ਹਦੀਆਂ ਸੀਗੀਆਂ, ਹਨਾ, ਬਹੁਤ ਘੱਟ ਸੀ, ਹਨਾ, ਤੇ ਹੌਲੀ ਹੌਲੀ ਉਹ ਜਿਵੇਂ 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 ਪੜ੍ਹਾਈਆਂ ਵਧਦੀਆਂ ਗਈਆਂ, ਮੁੰਡੇ ਕੁੜੀਆਂ ਇਕੱਠੇ ਫਿਰਨ ਫੁਰਨ ਲੱਗ ਗਏ, ਇਹ ਉਮਰ ਜਿਹੜੀ 16 ਕੁ ਸਾਲ ਤੋਂ 20-22 ਸਾਲ ਦੀ ਬਹੁਤ ਔਖੀ ਉਮਰ ਹੈ ਜੀ, ਇਹ ਕੰਟਰੋਲ ਕਰਨੀ ਬੜੀ ਔਖੀ ਆ, ਮਾਂ ਬਾਪ ਦਾ ਬਹੁਤ ਉਦੋਂ ਫਰਜ਼ ਬਣਦਾ ਨਿਗਾਹ ਰੱਖਣ ਦਾ, ਪਰ ਜਦ ਬੱਚੇ ਰਹਿੰਦੇ ਬਾਹਰ ਆ ਤਾਂ ਕੀ ਮਾਂ ਪੇ ਨਾਲ ਥੋੜਾ ਚਿੰਬੜਿਆ ਰੂ ਦੇ, ਠੀਕ ਨਹੀਂ, ਪਰ ਇਹ ਭੱਜਣ ਭਜਾਉਣ ਵਾਲਾ ਜਾਂ ਘਰਦਿਆਂ ਨੂੰ ਥੋੜਾ ਜਿਹਾ ਕੋਈ ਦੱਸੋ ਇਹਦਾ ਹੱਲ। ਹਾਂ ਨਹੀਂ, ਮੈਂ ਦੱਸਣ ਲੱਗਾ ਤੁਹਾਨੂੰ, ਹੁਣ ਜੋ ਮੈਂ ਤੱਤ ਕੱਢਿਆ, ਸਾਡੇ ਆਪਣੇ ਵੀ 3-4 ਰਿਸ਼ਤੇ ਹੋਏ ਆ, ਉਹ ਭੱਜਣ ਵਾਲੀ ਗੱਲ ਨਹੀਂ ਹੋਈ, ਉਹ ਮੁੰਡੇ ਕੁੜੀ ਦੀ ਗੱਲ ਹੋ ਗਈ ਪੜ੍ਹਦਿਆਂ ਦੀ, ਠੀਕ ਹੈ, ਠੀਕ ਨਹੀਂ, ਜਿੱਦਾਂ ਹੁਣ ਚਲੋ ਅਸੀਂ ਰਾਮਗੜੀਆ ਬਰਾਦਰੀ ਆ ਤੇ ਜੱਟਾਂ ਦੀ ਕੁੜੀ ਆ, ਇਕੱਠੇ ਪੜ੍ਹਦੇ ਆ, ਗੱਲ ਹੋ ਗਈ, ਉਹ ਆਪਣੇ ਆਪ ਨੂੰ ਉੱਚੇ ਸਮਝਦੇ ਸਾਤੋਂ, ਹੈ, ਮੈਂ ਆਪਣੇ ਘਰ ਦੀ ਗੱਲ ਕਰਨ ਲੱਗਾ, ਤੈਨੂੰ ਮੇਰੇ ਦੋ ਦੇ ਵਿਆਹ ਹੋਏ ਆ, ਆਪਣੀ ਗੱਲ ਕਰਨ ਲੱਗਾ, ਹੈ, ਤੇ ਪਰ ਉਹ ਮੁੰਡਾ ਕੁੜੀ ਦੀ ਗੱਲ ਬਣ ਗਈ ਤੇ ਉਹ ਆਕੜ ਦੱਸਣ ਲੱਗੇ, ਤੇ ਉਹ ਕੁੜੀ ਕਹਿੰਦੀ ਆ ਨਾ ਕਰੂੰਗੇ ਭੱਜ ਕੇ ਕਰ ਲੂੰ ਮੈਂ, ਫਿਰ ਅਖੀਰੀ ਉਹਨਾਂ ਨੂੰ ਵਿੱਚ ਪੈ ਪੂ ਕੇ ਉਹਨਾਂ ਫਿਰ ਸਾਡੇ ਕੋਲ ਅਪਰੋਚ ਕਰ ਲਈ, ਹੈ, ਅਸੀਂ ਇਹੀ ਉਹਨਾਂ ਨੂੰ ਸਮਝਾਇਆ ਕੁੜੀ ਵਾਲਿਆਂ ਨੂੰ ਵੀ ਦੇਖੋ ਵੀ ਅਸੀਂ ਤੁਹਾਡੀ ਕੁੜੀ ਚਾਹੁੰਦੀ ਆ, ਹਨਾ, ਠੀਕ ਨਹੀਂ, ਸਾਡਾ ਤਾਂ ਮੁੰਡਾ ਬਹੁਤਾ ਚਾਹੁੰਦਾ ਨੇ ਗਾ, ਠੀਕ ਨਹੀਂ, ਤੇ ਆ ਜਾ ਕੇ ਜੇ ਭੱਜ ਕੇ ਕਰ ਲੈਣਗੇ ਸਾਡਾ ਕੀ ਜਾਊਗਾ, ਤੁਹਾਡਾ ਨੁਕਸਾਨ ਹੋਣਾ ਨਾ, ਤੁਹਾਡਾ ਹੀ ਹੋਣਾ ਨਾ, ਤੇ ਇਸ ਕਰਕੇ ਆਪਣੇ ਜੇ ਸਿਆਣਪ ਇਹੋ ਹੀ ਆ ਵੀ ਆਪਾਂ ਐਗਰੀ ਕਰ ਲਈਏ, ਤੇ ਇੰਨੀ ਗੱਲ ਕੁੜੀ ਨੂੰ ਕਹਿ ਦਈਏ ਵੀ ਕੱਲ ਨੂੰ ਕੁੜੀ ਇਹ ਵੀ ਤੂੰ ਆਪਣੀ ਮਰਜ਼ੀ ਨਾਲ ਕਰਨ ਲੱਗੀ ਆ, ਤੈਨੂੰ ਜੇ ਦੁੱਖ ਤਕਲੀਫ ਹੋਈ ਉਧਰੋਂ ਕੋਈ ਜਾਂ ਪ੍ਰੋਬਲਮ ਹੋਈ ਤੇ ਅਸੀਂ ਤੇਰੇ ਚ ਬਹੁਤਾ ਸਾਇਦਾ ਨਹੀਂ ਕਰਨੀ ਦੇ ਰਹੀ। ਮਿਹਰਬਾਨੀ ਗਿਆਨ ਸਿੰਘ ਜੀ, ਮਿਹਰਬਾਨੀ, ਸਮਾਂ ਬਹੁਤ ਅੱਗੇ ਲੰਘ ਗਿਆ, ਫਿਰ ਲੰਬੀ ਗੱਲ ਆਪਾਂ ਦੁਬਾਰਾ ਫਿਰ ਕਰਾਂਗੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਗੱਲਬਾਤ ਜਿਹੜੀਆਂ ਵਿੱਚੋਂ ਬਹੁਤ ਵਧੀਆ ਗੱਲਾਂ ਮਿਲਦੀਆਂ, ਕੁਝ ਸਿੱਖਣ ਨੂੰ ਵੀ ਸਾਨੂੰ ਮਿਲਦੀਆਂ, ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਕਾਲਾਂ ਤੁਹਾਡੀਆਂ ਫਲੈਸ਼ ਕਰ ਰਹੀਆਂ ਨੇ, ਕੋਸ਼ਿਸ਼ ਕਰਾਂਗੇ ਕਾਲ ਲੈਣ ਦੀ ਜੇ ਟਾਈਮ ਹੋਇਆ ਤਾਂ, ਦੇਖਦੇ ਰਹੋ ਜਸ ਪੰਜਾਬੀ।
ਮੁਆਫ਼ੀ ਚਾਹੁੰਦਾ ਜੀ, ਹੋਰ ਕਾਲਾਂ ਦਾ ਸਿਲਸਿਲਾ ਜਾਰੀ ਨਹੀਂ ਰੱਖਣਾ, ਇੱਥੇ ਪ੍ਰੋਗਰਾਮ ਨੂੰ ਖਤਮ ਕਰਨਾ ਪੈਣਾ ਹੈ। ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ ਜਾਂ ਜਾਣਕਾਰੀ ਦੇਣੀ ਚਾਹੁੰਦੇ ਹੋ ਜਾਂ ਲੈਣੀ ਚਾਹੁੰਦੇ ਹੋ ਤਾਂ ਮੈਨੂੰ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਸਾਡੇ ਕੈਲੀਫੋਰਨੀਆ ਦੇ ਦਰਸ਼ਕ ਪੰਜਾਬੀ ਸਾਡੇ ਪੁੱਛਦੇ ਨੇ ਕਿ ਅਸੀਂ ਕਿੱਥੇ ਰਾਬਤਾ ਕਾਇਮ ਕਰ ਸਕਦੇ ਕੈਲੀਫੋਰਨੀਆ ਦੇ ਵਿੱਚ। ਮੈਨੂੰ ਤੁਸੀਂ ਸੈੱਲ 'ਤੇ ਫੋਨ ਕਰ ਸਕਦੇ ਹੋ 209-450-3362। ਅਤੇ ਦਰਸ਼ਨ ਵੇਲੇ ਕਿੱਥੇ ਕਰਨੇ ਆ, ਤੁਸੀਂ ਸਾਡੇ ਕੋਲ ਸਟੂਡੀਓ ਆਉਣਾ, ਮੋਸਟ ਵੈਲਕਮ। ਮੈਂ ਤੁਹਾਡੇ ਕੋਲ ਆਉਣਾ, ਮੈਂ ਅਕਸਰ ਵੈਸੇ ਸਾਰਾ ਦਿਨ ਫਿਰ ਫੀਲਡ ਦੇ ਵਿੱਚ ਹੀ ਤਕਰੀਬਨ ਹੁੰਦਾ। ਅੱਜ ਵੀ ਅਸੀਂ ਬੇ ਏਰੀਏ ਦੇ ਵਿੱਚ ਗਏ ਸੀ, ਉੱਥੇ ਪੰਜਾਬੀਆਂ ਨੂੰ ਆਪਣੇ ਜਿੰਨੇ ਦੋਸਤ ਮਿੱਤਰ ਹੈਗੇ ਨੇ ਉਹਨਾਂ ਨੂੰ ਮਿਲੇ ਗਿਲੇ ਹੈਗੇ ਆ। ਫਿਰ ਸਟੂਡੀਓ ਵੀ ਗੇੜਾ ਲਾਈਦਾ, ਫਿਰ ਫਰਿੱਜ ਨੂੰ ਕਦੇ ਜਾਈਦਾ, ਕਦੇ ਕਿਤੇ ਜਾਈਦਾ। ਸੋ ਗੇੜਾ ਸਾਡਾ ਰੂਟ ਰਹਿੰਦਾ, ਅਸੀਂ ਤੁਹਾਡੇ ਕੋਲ ਆ ਕੇ ਵੀ ਤੁਹਾਨੂੰ ਮਿਲ ਸਕਦੇ ਹਾਂ, ਤੁਸੀਂ ਸਾਡੇ ਕੋਲ ਆ ਕੇ ਵੀ ਸਾਨੂੰ ਮਿਲ ਸਕਦੇ ਹੋ। ਕਾਲ ਕਰ ਲਓ 209-450-3362। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜਿਵੇਂ ਪੰਜਾਬ ਜਿਵੇਂ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।